ये शिवा पर मोहे है शुभ कर्म ते कबो ना डरु न डरु और सोच अब जाय लडू निश्टेक कर अपनी जीत करो। गुरु जी का खालसा वाहेगुरु जी की फतेह तुसी देख रहे हो संगत टेलीविजन दा खास प्रोग्राम खालसा राज के में बढ़िया ਹੁਣ ਤੱਕ ਇਸ ਪ੍ਰੋਗਰਾਮ ਦੇ 493 ਪਾਗ ਅਸੀਂ ਆਪਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ 494 ਨੰਬਰ ਲੈ ਕੇ ਮੜ ਤੋਂ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਸਾਰੀਆਂ ਹੀ ਸੰਗਤਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੋਰ ਇਤਿਹਾਸ ਗੁਰ ਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ ਕਿਉਂਕਿ ਹਰ ਇੱਕ ਐਪੀਸੋਡ ਵਿੱਚ ਕੋਈ ਨਾ ਕੋਈ ਇਦਾਂ ਦੀ ਸੋਚ ਜਿਹੜੀ ਸਾਡੀ ਜ਼ਿੰਦਗੀ ਵਿੱਚ ਬਦਲਾ ਲਿਆ ਸਕਦੀ ਹੈ ਉਹ ਸਾਨੂੰ ਸੁਣਨ ਨੂੰ ਮਿਲਦੀ ਹੈ ਬਦਲਣਾ ਸਾਡਾ ਫਰਜ਼ ਹੈ ਅਸੀਂ ਪ੍ਰੋਗਰਾਮ ਨੂੰ ਸੁਣਦੇ ਹਾਂ ਕੋਸ਼ਿਸ਼ ਕਰੀਏ ਕਿ ਪ੍ਰੋਗਰਾਮ ਵਿੱਚੋਂ ਜਿਹੜੀ ਸੇਧ ਮਿਲਦੀ ਹੈ ਉਸ ਸੇਧ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਜ਼ਰੂਰ ਕਰੀਏ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵਿੱਚ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਐਪੀਸੋਡ ਵਿੱਚ ਵੀ ਜਿਸੀਂ ਦੱਸਿਆ ਕਿ ਸਤਗੁਰ ਜੀ ਪਿੰਡ ਨਾਂਗੇ ਕਿਸਰਾਏ ਦੇ ਨੇੜੇ ਸਤਗੁਰ ਜੀ ਉੱਥੇ ਪਹੁੰਚੇ ਤੇ ਇੱਕ ਢਾਬ ਦੇ ਕਿਨਾਰੇ ਤੇ ਕਹਿਦੀਆਂ ਕੰਡੇ ਤੇ ਕਹਿਦੀ ਸਤਗੁਰ ਜੀ ਇੱਥੇ ਕਿ ਸਾਫ਼ ਜਲਵੀ ਸੀ ਘੋੜਿਆਂ ਵਾਸਤੇ ਵੀ ਤੇ ਸਿੰਘਾਂ ਵਾਸਤੇ ਵੀ ਇਸ਼ਨਾਨ ਪਾਣੀ ਕਰਨ ਵਾਸਤਾ ਪ੍ਰਬੰਧ ਸੀ ਉਸ ਕਨੇ ਟਾਪ ਦੇ ਦੂਸਰੇ ਪਾਸੇ ਇੱਕ ਬੜੀ ਲੰਮੇਰੀ ਉਮਰ ਦਾ ਜਿਹੜਾ ਜੋ ਸਿੱਧ ਜੋਗੀ ਸੀ ਜਿਹਦਾ ਜੋਗੀ ਰਹਿੰਦਾ ਸੀ ਜਿਸ ਨੇ ਆਪਣੇ ਸਵਾਸਾਂ ਨੂੰ ਕੈਰੀ ਸਿੱਧ ਕੀਤਾ ਹੋਇਆ ਸੀ ਜਾਂ ਆਪਣੇ ਉਮਰ ਨੂੰ ਵਧਾਇਆ ਹੋਇਆ ਸੀ ਸਤਗੁਰੂ ਜੀ ਨੇ ਉਹਨੂੰ ਉਪਦੇਸ਼ ਦਿੱਤਾ ਉਹਨੂੰ ਸਮਝਾਉਣੀ ਸਮਝਾਈ ਕਿ ਇੱਕ ਇਨਸਾਨ ਨੂੰ ਇੱਕ ਮਨੁੱਖ ਨੂੰ ਕਿਸ ਤਰ੍ਹਾਂ ਦਾ ਜੀਵਨ ਜੀਣਾ ਚਾਹੀਦਾ ਉਹਦੇ ਬਾਰੇ ਸਤਗੁਰੂ ਜੀ ਨੇ ਉਸਨੂੰ ਸਮਝਾਇਆ ਤੇ ਉਸਨੂੰ ਸਿੱਖ ਬਣਾਇਆ ਤੇ ਉਸ ਤੋਂ ਬਾਅਦ ਸਤਗੁਰੂ ਜੀ ਅਗਾਂਹ ਕਿਸ ਪਾਸੇ ਵੱਲ ਨੂੰ ਗਏ ਤੇ ਰਸਤੇ ਵਿੱਚ ਹੋਰ ਕੀ ਜਿਹੜੇ ਸੀ ਕੋਤਕ ਇਦਾਂ ਦੀ ਸਮਝਾਉਣੀ ਆ ਸਮਝਾਈਆਂ ਸਿੱਖਾਂ ਨੂੰ ਇਹਦੇ ਬਾਰੇ ਸੰਤ ਡਿਨਾਲ ਅੱਜ ਦੇ ਐਪੀਸੋਡ ਵਿੱਚ ਆਨਪਾਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਲਦੀ ਹੋਈ ਗੁਰੂਤਿ ਹਾਸਤੀ ਲੜੀ ਉੱਥੇ ਕੋ ਪਹੁੰਚੀ ਹੋਈ ਆ ਜਿੱਥੇ ਹਰ ਰੋਜ਼ ਕੁਛ ਨਾ ਕੁਛ ਘਟ ਰਿਹਾ ਹਰ ਰੋਜ਼ ਕੁਛ ਨਾ ਕੁਛ ਘਟ ਰਿਹਾ ਹਰ ਚੜ੍ਹਦੇ ਦਿਨ ਹਰ ਡੁੱਬਦੀ ਸ਼ਾਮ ਨੂੰ ਹੰਝਾ ਕੋਈ ਨਾ ਕੋਈ ਨਵਿਕਟ ਘਟ ਰਹੀ ਆ ਔਰ ਇਸੇ ਕਰਕੇ ਇਤਿਹਾਸਕਾਰਾਂ ਨੇ ਵਿਦਵਾਨਾਂ ਨੇ ਗੁਰੂ ਦੇ ਅਸਦੇ ਇਸ ਕਾਣ ਨੂੰ ਸਭ ਤੋਂ ਸੰਗਣਾ ਤੇ ਸੁਨਹਿਰਾ ਇਤਿਹਾਸ ਕਿਹਾ ਹੈ ਜੀ ਜਿੰਨੇ ਸਿਧਾਂਤ ਜਿੰਨੀ ਸਤਗੁਰੂ ਦੀ ਬਖਸ਼ਿਸ਼ ਇਹਨਾਂ ਦਿਨਾਂ ਚ ਪ੍ਰਗਟ ਹੋਈ ਆ ਹਾਂਜੀ ਇੰਦੀ ਛੇਤੀ ਛੇਤੀ ਕਰੇ ਹੋਣੀ ਹੋਈ ਜਿੱਦਾਂ ਇੱਥੇ ਹੋਈ ਆ ਜੀ ਜੀ ਸੋ ਸਤਗੁਰੂ ਜੋਗੀ ਨੂੰ ਵੱਡੋ ਉਮਰੇ ਨੂੰ ਸਮਝਾ ਰਿਹਾ ਸਹਿਜ ਯੋਗ ਦਾ ਮਾਰਗ ਦੱਸ ਰਿਹਾ ਹਾਂਜੀ ਮੈਂ ਉਹ ਗੱਲ ਦੁਹਰਾ ਕੇ ਕਰਨ ਵਾਲੀ ਕੁਛ ਕਾਲੀ ਚਦਾ ਵੀ ਗਈ ਮੈਂ ਦੁਹਰਾ ਕੇ ਕਰ ਲਵਾਂ ਉਠਤ ਬੈਠਤ ਸੋਵਤ ਨਾਮ ਸਤਿਗੁਰੂ ਨੇ ਕਿਹਾ ਵੀ ਇਹਦੇ ਨਿਤਕਰਮ ਵਿੱਚੋਂ ਜੀ ਉਹ ਵੀ ਨਿਤਕਰਮ ਕਰਦੇ ਆ ਨਾ ਪੌਣਾ ਜੰਪ ਕਰਦਾ ਨਾ ਕੀ ਤੋਤੀ ਸਭ ਕੁਛ ਹੀ ਲਿਆ ਤੇ ਸਤਿਗੁਰੂ ਕਹਿੰਦੇ ਇਹਦੇ ਸਹਿਯੋਗ ਦੇ ਨਿਤਕਰਮ ਵਿੱਚੋਂ ਅੰਮ੍ਰਿਤ ਵੇਲੇ ਦਾ ਇਸ਼ਨਾਨ ਅਸੀਂ ਦੱਸਦੇ ਹਾਂ ਜੀ ਨਿਤਕਰਮ ਵੀ ਕਰਨੇ ਆ ਸਤ ਸੰਗਤ ਦੀ ਸੇਵਾ ਦੱਸਦੇ ਆ ਤੇ ਦਾਨ ਦੜਾਈ ਦਾ ਜੀ ਦੇਵੋਸ਼ ਸਮਾਜ ਨੂੰ ਦੇਣਾ ਹੀ ਦਾਨ ਦਾ ਮਤਲਬ ਸਿਰਫ ਧਨ ਦੌਲਤ ਨਹੀਂ ਹੁੰਦਾ ਦਾਨ ਦਾ ਮਤਲਬ ਤਾਂ ਅੱਜ ਜੇ ਹੋਵੇ ਸਮਾਜ ਨੂੰ ਕੁਝ ਜੀ ਜਿੱਥੇ ਤੁਸੀਂ ਵਿਚਦੇ ਹੋ ਤੁਹਾਡੀ ਦੇਣ ਹੋਵੇ ਕੁਛ ਦਾਨ ਤੁਹਾਡੀ ਦੇਣ ਹੋਵੇ ਕੁਛ ਸੋ ਇਹ ਜਿਹੜੀ ਗੱਲ ਸਾਰੀ ਆ ਇਹ ਸਤਿਗੁਰ ਕਹਿੰਦੇ ਵੀ ਅੰਮ੍ਰਿਤ ਵੇਲੇ ਦਾ ਇਸ਼ਨਾਨ ਸਤਸੰਗਤ ਦੀ ਸੇਵਾ ਨਾਮ ਦਾਨ ਇਸ਼ਨਾਨ ਆਪਾਂ ਇਦਾਂ ਕਹਿੰਦੇ ਹੁੰਨੇ ਆ ਤੇ ਇਹ ਜਿਹੜਾ ਆ ਨਾਲ-ਨਾਲ ਦਾਨ ਵੀ ਜਿਹਦਾ ਦਾਨ ਦਾ ਮਤਲਬ ਕੁਛ ਦੇਣ ਦੀ ਬਿਰਤੀ ਜਿਹੜੀ ਆ ਉਹ ਜਿਹੜੀ ਤੁਹਾਡੇ ਅੰਦਰ ਪੈਦਾ ਹੋਵੇ ਕੱਲਾ ਮਾਇਆ ਹੀ ਨਹੀਂ ਦੇਣ ਦੀ ਬਿਰਤੀ ਉਹ ਜਮਾਇਆ ਬਹੁਤ ਛੋਟੀ ਜੀ ਚੀਜ਼ ਆ ਸਭ ਤੋਂ ਸੌਖਾ ਚੀਜ਼ ਦੇਣੀ ਮਾਇਆ ਹੀ ਹੁੰਦੀ ਆ ਦਾੰਦਰਾਏ ਇਹ ਨਾਲ ਹੀ ਕਹਿੰਦੇ ਸਤਿਗੁਰੂ ਦੇ ਕਰਮ ਕਰਤ ਹੋਵੇ ਨਹਿ ਕਰਮ ਦੁਨੀਆ ਦੇ ਕਰਮ ਵੀ ਕਰਦੇ ਰਹਿਣਾ ਆ ਪਰ ਕਰਮ ਕਰਤ ਹੋਵੇ ਨਹਿ ਕਰਮ ਨਿਸ਼ਕਾਮ ਬਣ ਕੇ ਰਹਿਣਾ ਹੈ ਕਰਮ ਕਰਤ ਹੋਵੇ ਨਿਸ਼ਕਾਮ ਤੇਸ ਬੈਸ ਨੂੰ ਘਾ ਨਿਰਮਲ ਧਰਮ ਇਹ ਨਿਰਮਲ ਦਾ ਇਹ ਸਤਿਗੁਰੂ ਨੇ ਉਹਨਾਂ ਨੂੰ ਜਦੋਂ ਗੱਲਾਂ ਸਮਝੀਆਂ ਨਾਲ ਕਹੇ ਇਸ ਇਸ ਸਹਿਜ ਯੋਗ ਦਾ ਜਿਹੜਾ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ ਜਿਹ ਚੋਂ ਵਿਰਾਗ ਪੈਦਾ ਹੁੰਦਾ ਹੈ ਵਿਰਾਗ ਦੀ ਭਾਵਨਾ ਭਾਵਨਾ ਉਪਰ ਦੀ ਆ ਪ੍ਰੇਮ ਦੀ ਭਾਵਨਾ ਉਪਜਦੀ ਆ ਜਿੱਥੋਂ ਪ੍ਰੇਮ ਦੀ ਭਾਵਨਾ ਉਪਜਦੀ ਆ ਉੱਥੇ ਫੇ ਸਾਰਾ ਇਸ ਸਮਾਜ ਆਪਣਾ ਲੱਗਦਾ ਸਾਰੇ ਆਪਣੇ ਲਈ ਸਰਬੱਤੇ ਭਲੇ ਦੀ ਭਾਵਨਾ ਪਰਪਕਾਰੀ ਬਿਰਤੀ ਪੈਦਾ ਹੁੰਦੀ ਆ ਸਰਬੱਤੇ ਭਲੇ ਵਾਲੀ ਜਿਹੜੀ ਚਾਹ ਪੈਦਾ ਹੁੰਦਾ ਪਰਪਕਾਰੀ ਬਿਰਤੀ ਪੈਦਾ ਹੁੰਦੀ ਪਰਪਕਾਰੀ ਬਿਰਤੀ ਜਾਗਦੀ ਆ ਇਹਦੇ ਵਿੱਚੋਂ ਜਿਹੜੀਆਂ ਜਦੋਂ ਬਿਰਤੀ ਜਾਗਦੀ ਉਹ ਜੋ ਰਿੱਧੀ ਸਿੱਧੀ ਵੀ ਆਉਂਦੀ ਆ ਫਿਰ ਆਪ ਮਹਾਰੇ ਲੱਭਣੀ ਨਹੀਂ ਪੈਂਦੀ ਆਪ ਮਹਾਰੇ ਰਿੱਧੀ ਸਿੱਧੀ ਆਉਂਦੀ ਆਪ ਮਹਾਰੇ ਬਚਨ ਦੀ ਸਤਿਆ ਆਉਂਦੀ ਆ ਕਿਉਂਦੀ ਸਰਬੱਤਾ ਦਾ ਭਲਾ ਲੋਜਦੇ ਤੁਹਾਨੂੰ ਸਾਰੇ ਭਾਈ ਸਭ ਗੋਬਿੰਦ ਹੈ ਸਭ ਗੋਬਿੰਦ ਗੋਬਿੰਦ ਬੰਨੀ ਕੋਈ ਨਹੀਂ ਇਹ ਸਾਰਾ ਕੁਝ ਦਿਸਣ ਲੱਗਦਾ ਆ ਇਹ ਜਿਹੜੀ ਸੋਝੀ ਆ ਜਾਂਦੀ ਆ ਤੋ ਇਹ ਜਦ ਸੋਚੀ ਆ ਜਾਂਦੀ ਵੀ ਸਭ ਨੇ ਉਹ ਪ੍ਰਮਾਤਮਾ ਹੀ ਆ ਇਸ ਭਰੋਸੇ ਦੇ ਵਿੱਚੋਂ ਫਿਰ ਗਿਆਨ ਪੈਦਾ ਹੁੰਦਾ ਗਿਆਨ ਪੈਦਾ ਹੁੰਦਾ ਆ ਮਹਾਰਾ ਗਿਆਨ ਪੈਦਾ ਹੁੰਦਾ ਹੈ ਤੁਸੀਂ ਉਹਦੇ ਲਈ ਤੁਹਾਨੂੰ ਕਦੇ ਬਾਹਲੀ ਖੋਜਾਂ ਕਰਨ ਦੀ ਲੋੜ ਨਹੀਂ ਪੈਂਦੀ ਤੇ ਇਸ ਗਿਆਨ ਚ ਪਤਾ ਲੱਗਦਾ ਆ ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲਤਰੰਗ ਜਿਹਾ ਜੀ ਕਿ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ ਕਣਕ ਕਟਕ ਜਲਤਰੰਗ ਜਿਹਾ ਕਿ ਜਿੱਦਾਂ ਪ੍ਰਮਾਤਮਾ ਸੋਨੇ ਦਾ ਬਹੁਤ ਵੱਡਾ ਢੰਡਾਰ ਆ ਤੇ ਮੈਂ ਉਹਦੇ ਚ ਬਣਿਆ ਹੋਇਆ ਇੱਕ ਗਾਣਾ ਹੈ ਗਾਣਾ ਦੀ ਸ਼ਕਲ ਵੱਖਰੀ ਹੋ ਸਕਦੀ ਆ ਕਾੜਾ ਕੋਈ ਕਾੜਾ ਵੀ ਹੋ ਸਕਦਾ ਆ ਕੋਈ ਮੁੰਦੀ ਵੀ ਹੋ ਸਕਦੀ ਕੋਈ ਕੜਾ ਵੀ ਹੋ ਸਕਦਾ ਕੋਈ ਪੰਜੀਬ ਵੀ ਹੋ ਸਕਦੀ ਆ ਕੋਈ ਗਾਣੇ ਦੀ ਸ਼ਕਲ ਵੱਖਰੀ ਹੋ ਸਕਦੀ ਮੈਂ ਉਹ ਚ ਬਣਿਆ ਇੱਕ ਗਾਣਾ ਆ ਪਰ ਕਣਕ ਪੂਰਾ ਸੋਨਾ ਜਿਹੜਾ ਆ ਉਹ ਪ੍ਰਮਾਤਮਾ ਕਣਕ ਕਟਕ ਸੋਨਾ ਤੇ ਸੋਨੇ ਦੇ ਬਣੇ ਹੋਏ ਗਹਿਣੇ ਜਿ ਐਸੀ ਗੱਲ ਆ ਮੈਂ ਹੈਗਾ ਤੂੰ ਹੀ ਮੋਹੀ ਮੋਹੀ ਤੋਹੀ ਮੇਰੀ ਤਤੂ ਹੋਈ ਹੈ ਜੋ ਪਰਮਾਤਮਾ ਦੀ ਕਣਕ ਕਟਕ ਜਲ ਤਰੰਗ ਜੈਸਾ ਜੈ ਇਦਾਂ ਕਹ ਲੋ ਕਿ ਪਰਮਾਤਮਾ ਜਲ ਦਾ ਬਹੁਤ ਵੱਡਾ ਸਮੁੰਦਰ ਆ ਅਸੀਂ ਉਹਦੇ ਚ ਇੱਕ ਤਰੰਗ ਪੈਦਾ ਹੋਈ ਜੀ ਜੀ ਪਰ ਤਰੰਗ ਜਿਹੜੀ ਪਾਣੀ ਤੋਂ ਬਿਨਾ ਨਹੀਂ ਪਾਣੀ ਤੋਂ ਵੱਖਰੀ ਨਹੀਂ ਉਹਨੇ ਪਾਣੀ ਦੇ ਵਿੱਚੋਂ ਪੈਦਾ ਹੋਣਾ ਦੇ ਪਾਣੀ ਦੇ ਵਿੱਚ ਹੀ ਸਮਾ ਜਾਣਾ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਇਹ ਸਾਰਾ ਕੁਝ ਗਿਆਨ ਦੇਦਾ ਹੀ ਪਤਾ ਲੱਗ ਜਾਂਦਾ ਆ ਆ ਜਾਂਦਾ ਆ ਔਰ ਜਦੋਂ ਇਹ ਗਿਆਨ ਜਦੋਂ ਧਾਰਨ ਹੋ ਜਾਂਦਾ ਹੈ ਫਿਰ ਬੰਦਾ ਕਹਿੰਦੇ ਸਤਿਗੁਰੂ ਕਹਿੰਦੇ ਭਾਵੇਂ ਗ੍ਰਸਤੀ ਹੋਵੇ ਜੀ ਤੇ ਭਾਵੇਂ ਬਰਕਤ ਹੋਵੇ ਭਾਵੇਂ ਉਦਾਸੀ ਹੋਵੇ ਜਦੋਂ ਇਸ ਗਿਆਨ ਤੇ ਪਹੁੰਚ ਜਾਂਦਾ ਆ ਉਹ ਜੀਵਨ ਮੁਕਤ ਹੋ ਜਾਂਦਾ ਹੈ ਭਾਵੇਂ ਉਹ ਗ੍ਰਸਤੀ ਹੋਵੇ ਭਾਵੇਂ ਉਹ ਬਰਕਤ ਹੋਵੇ ਕਿਉਂਕਿ ਯੋਗੀ ਆਮ ਤੌਰ ਤੇ ਬਰਕਤ ਬਰਕਤ ਹੁੰਦੀ ਹੈ ਯੋਗੀ ਆਮ ਤੌਰ ਤੇ ਉਦਾਸੀ ਰਿੰਦੀ ਆਸ ਘਰਾਂ ਬਾਰਾਂ ਤੋਂ ਬਾਹਰ ਰਹਿੰਦੇ ਆ ਸਤਿਗੁਰੂ ਕਹਿੰਦੇ ਨਹੀਂ ਗ੍ਰਸਥੀ ਰਹਿੰਦਿਆਂ ਵੀ ਸਹਿਜ ਚ ਰਹਿੰਦਿਆਂ ਹੋਇਆਂ ਵੀ ਜਦੋਂ ਇਧਰਲੇ ਇਸ ਗਨ ਤੱਕ ਤੁਸੀਂ ਪਹੁੰਚ ਜਾਂਦੇ ਆ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵੇਂ ਗ੍ਰਸਤੀ ਹੋਵੇ ਬੰਦਾ ਤੇ ਬਾਵੇਂ ਵਰਕਤ ਹੋਵੇ ਪਰਮਾਨੰਦ ਦੀ ਜਦੋਂ ਇਦਾਂ ਪ੍ਰਾਪਤੀ ਹੋ ਜਾਂਦੀ ਆ ਤੇ ਸਤਿਗੁਰੂ ਜੀ ਨੇ ਨਾ ਜਦੋਂ ਸਤਿਗੁਰੂ ਦੇ ਬਖਾਰਦੰਤ ਜਦੋਂ ਉਹ ਵੱਡ ਉਮਰ ਦੇ ਯੋਗੀ ਨੇ ਇਦਾਂ ਵਿਆਖਿਆ ਸੁਣੀ ਹਾਂਜੀ ਗੁਰਬਾਣੀ ਦਾ ਸਾਰਾ ਫਲਸਫਾ ਆ ਗਿਆ ਸਾਹਮਣੇ ਤੁਹਾਨੂੰ ਸਮਝ ਲੋ ਜੀ ਤੇ ਸਤਿਗੁਰੂ ਦੇ ਚਰਨਾਂ 'ਤੇ ਝੁੱਕ ਗਿਆ ਤੇ ਕਹਿੰਦਾ ਸਤਿਗੁਰੂ ਜੀ ਤੁਸੀਂ ਧੰਨ ਐਨੀ ਛੋਟੀ ਉਮਰ 'ਚ ਜੀ ਇੰਨਾ ਵੱਡਾ ਗਿਆ ਗਿਆਨ ਹਾਂਜੀ ਉਮਰ ਦਾ ਗੱਲ-ਗੱਲ ਫੇਰ ਕਰ ਦਿੱਤੀ ਮੇਰੀ ਹੋਰ ਵੱਡੀ ਆ ਜੀ ਜੀ ਤਾਂ ਗੁਰੂ ਬੀਚਕ ਝੁਕਿਆ ਆ ਹਾਂਜੀ ਪਰ ਇਤਨੀ ਛੋਟੀ ਉਮਰ ਜਿਤਨਾ ਵੱਡਾ ਗਿਆਨ ਜੋਗ ਦੀ ਇੰਨੀ ਸਰਲ ਵਿਆਖਿਆ ਮੈਂ ਕਿਹਾ ਅੱਜ ਤੱਕ ਕਦੀ ਸੁਣੀ ਹੀ ਨਹੀਂ ਜੀ ਸਤਗੁਰੂ ਦੇ ਚਰਨਾਂ ਦੇ ਟਹਿਕਿਆ ਪਰ ਨਾਲ ਉਮਰ ਦੀ ਗੱਲ ਰੱਖੀ ਤੇ ਕਹਿੰਦਾ ਸੈਂਕੜੇ ਵਰਸ ਦੀ ਉਮਰ ਹੈ ਮੇਰੀ ਮੈਂ ਸੈਂਕੜਿਆਂ ਵਰਸਾਂ ਦੀ ਉਮਰ ਦੇ ਵਿੱਚ ਵੀ ਨਹੀਂ ਸੁਣੀ ਗੱਲ ਜੀ ਜੀ ਤੇ ਸਤਗੁਰੂ ਜੀ ਨੇ ਫੇਰ ਮੁਸਕਰਾ ਕੇ ਆਖਿਆ ਕਹਿੰਦੇ ਸਤਗੁਰੂ ਜੀ ਸਤਗੁਰੂ ਜੀ ਕਹਿੰਦੇ ਜੋਤ ਸੂਪ ਜਿਹੜਾ ਤੁਹਾਡਾ ਅੰਤਰਾ ਆਤਮਾਣਾ ਹਾਂਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜਾ ਸਾਡਾ ਮੂਲ ਆ ਜਿਹੜਾ ਜੋਤ ਸਰੂਪ ਅੰਤਰਾਤਮਾ ਆ ਉਹ ਕਾਲ ਮੁਕਤ ਆ ਕਾਲ ਮੁਕਤ ਯਾਨੀ ਕਿ ਉਮਰਾਂ ਤੋਂ ਮੁਕਤ ਆ ਕਾਲ ਤੋਂ ਮੁਕਤ ਆ ਉਮਰਾਂ ਤੋਂ ਮੁਕਤ ਆ ਕਾਲ ਤੋਂ ਮੁਕਤ ਮਤਲਬ ਮੌਤ ਤੋਂ ਵੀ ਮੁਕਤ ਆ ਤੇ ਸਮੇਂ ਤੋਂ ਵੀ ਮੁਕਤ ਆ ਕਾਲ ਮੈਨਾ ਸਮਾਂ ਵੀ ਕਾਲ ਮੈਨਾ ਮੌਤ ਵੀ ਹਾਂਜੀ ਜਿਹੜਾ ਸਾਡਾ ਜੋਤ ਸਰੂਪ ਹੈ ਜਿਹੜਾ ਸਾਡਾ ਅੰਤਰਾਤਮਾ ਆ ਮਨ ਤੋਂ ਜੋਤ ਸਰੂਪ ਹੈ ਮਨ ਜੋਤ ਸਰੂਪ ਜਿਹੜਾ ਆ ਉਹ ਕਾਲ ਵੀ ਮੁਕਤ ਆ ਜੀ ਉਹ ਉਮਰ ਵੀ ਕਾਲ ਮੁਕਤ ਆ ਕਾਲ ਮੁਕਤ ਕਾਲ ਮੌਤ ਵੀ ਹੁੰਦੀ ਕਾਲ ਸਮਾਂ ਵੀ ਹੁੰਦਾ ਸਮਾਂ ਉਮਰ ਤੋਂ ਵੀ ਮੁਕਤ ਆ ਉਹ ਮੌਤ ਵੀ ਮੁੱਖ ਤੌਰ ਮਰਦਾ ਨਹੀਂ ਹੈਗਾ ਉਹ ਇਸੇ ਕਰਕੇ ਆਪਾਂ ਕਹਿੰਦੇ ਆਤਮਾ ਜਿਹੜੀ ਆ ਅਮਰ ਆ ਸੋ ਸਤਗੁਰੂ ਕਹਿੰਦੇ ਜੋਤ ਸਰੂਪ ਅੰਤਰਾਤਮਾ ਸਾਡਾ ਕਾਲ ਮੁਕਤ ਆ ਇਸ ਕਰਕੇ ਜਿਹੜਾ ਸਰੀਰ ਕੱਲਾ ਹੁੰਦਾ ਨਾ ਉਹ ਤਲਾਈ ਇਹਦਾ ਪਹਿਰਾਵਾ ਨਵਾਂ ਤੇ ਪੁਰਾਣਾ ਹੁੰਦਾ ਅੰਦਰ ਜੋਤ ਸਰੂਪ ਤਾਂ ਉਹੀ ਹੁੰਦਾ ਨਾ ਉਹੀ ਆਈ ਜਾਂਦਾ ਉਹੀ ਜਾਈ ਜਾਂਦਾ ਬਾਹਰ ਦਾ ਪਹਿਰਾਵਾ ਹੀ ਨਵਾਂ ਤੇ ਪੁਰਾਣਾ ਹੁੰਦਾ ਬਸ ਹੋਰ ਕੁਝ ਨਹੀਂ ਹੁੰਦਾ ਤੇ ਉਹ ਨਾਲ ਸਤਗੁਰੂ ਫੇਰ ਮਿਸ਼ਕਰਾ ਕੇ ਕਹਿੰਦੇ ਵੀ yogi ਜੀ ਤੁਸੀਂ ਪੁਰਾਣੇ ਗੋਦੜੇ ਚੱਕੀ ਫਿਰਦੇ ਆ ਹਾਂਜੀ ਹਾਂਜੀ ਤੁਹਾਨੂੰ ਉਹ ਪਸੰਦ ਆ ਪੁਰਾਣੇ ਗੋਦੜੇ ਅੰਦਰ ਤਾਂ ਜੋਤ ਤਾਂ ਜਿਹੜੀ ਕਾਲ ਮੁਕਤ ਹੁੰਦੀ ਹੁੰਦੀ ਆ ਤੁਸੀਂ ਪੁਰਾਣੇ ਗੋਦੜਾ ਚੱਕੀ ਫਿਰਦੇ ਆ ਤੇ ਅਸੀਂ ਨਵੀਂ ਪਿਸ਼ਾਕ ਪਸੰਦ ਕਰਦੇ ਅਸੀਂ ਪਿਸ਼ਾਕ ਬਦਲਦੇ ਆ ਜੋ ਸੂਰੂਪ ਤਾਂ ਉਹੀ ਆ ਤੇ ਹੁਣ ਸਤਿਗੁਰੂ ਦਾ ਇਸ਼ਾਰਾ ਸਮਝ ਗਿਆ ਬਈ ਜੋਤ ਸੂਰੂਪ ਤਾਂ ਉਹੀ ਆ ਜੀ 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 ਤੁਸੀਂ ਪੁਰਾਣਾ ਗੋਦੜਾ ਚੱਕੀ ਫਿਰਦੇ ਸੈਂਕੜੇ ਸਾਲਾਂ ਤੋਂ ਅਸੀਂ ਬਾਹਰਲੀ ਪਿਸ਼ਾਕ ਬਦਲ ਲੈਂਦੇ ਆ ਤੁਹਾਨੂੰ ਇੱਕਦਮ ਸਮਝ ਆਈ ਕਿ ਜੋਤ ਦਾ ਗੁਰਨਾਣਕ ਦੀ ਆ ਜੋਤ ਤਾਂ ਉਹੀ ਚੱਲ ਰਹੀ ਆ ਜੋਗੀ ਨੂੰ ਤੇ ਉਹ ਕਹਿੰਦੇ ਸਤਗੁਰੂ ਜੀ ਮੈਨੂੰ ਤੁਹਾਡੇ ਵਿੱਚੋਂ ਗੁਰਨਾਣਕ ਦੇ ਦਰਸ਼ਨ ਮੈਨੂੰ ਤੁਹਾਡੇ ਵਿੱਚੋਂ ਗੁਰਨਾਣਕ ਦੀ ਜੋਤ ਦਿਸਦੀ ਆ ਮੈਨੂੰ ਲੱਗਦਾ ਹੈ ਤੁਹਾਡੇ ਜੋ ਗੁਰਨਾਣਕ ਨਜਦੀ ਆ ਰਿਹਾ ਸੱਚਮੁੱਚ ਮੈਨੂੰ ਲੱਗਦਾ ਤੁਸੀਂ ਗੁਰਨਾਣਕ ਦੀ ਜੋਤ ਆ ਚੋਲਾ ਹੀ ਨਾ ਆ ਸੋ ਸਤਬੁੱਦੀ ਭਾਉਣਾ ਸਮਝ ਗਿਆ ਤੇ ਨਾਲ ਕਹਿੰਦਾ ਸਤਗੁਰੂ ਜੀ ਹੁਣ ਇਦਾਂ ਕਰੋ ਮੈਨੂੰ ਆਪਣਾ ਸਿੱਖ ਬਣਾਓ ਮੈਨੂੰ ਅਮਰ ਦੀ ਧਾਰ ਦਿਓ ਤੇ ਤਾਂ ਕਿ ਮੈਂ ਵੀ ਸਹਿਜ ਮਾਰਗ ਤੇ ਚੱਲ ਕੇ ਸਹਿਜ ਯੋਗ ਮਾਰਗ ਤੇ ਚੱਲ ਕੇ ਆਪਣਾ ਜੀਵਨ ਮੁਕਤ ਹੋ ਸਕਾ ਅਖੰਡ ਆਨੰਦ ਦੀ ਪ੍ਰਾਪਤੀ ਕਰ ਸਕਾ ਸੋ ਉਹ ਖੰਡੇਬੜ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਉਹਨੂੰ ਅੰਮ੍ਰਿਤ ਸ਼ਕਾਇਆ ਗਿਆ ਔਰ ਉਹ ਜੋਗੀ ਉਸ ਇਲਾਕੇ ਦੇ ਵਿੱਚ ਸਿੱਖੀ ਦਾ ਆਉਣ ਵਾਲੇ ਸਮਾਂ ਦੇ ਵਿੱਚ ਵੱਡਾ ਪ੍ਰਚਾਰਕ ਬਣਿਆ ਖੈਰ ਜਿਹੜਾ ਹੁਣ ਤੁਹਾਡੇ ਸਵਾਲ ਤੇ ਆਜਾ ਮਮਾ ਜੀ ਗੱਲ ਰਹਿ ਗਈ ਸੀ ਮੈਂ ਸੋਚਿਆ ਪੂਰੀ ਕਰ ਲਵਾਂ ਨਾਗੇ ਕੀ ਸਰਾਂਏ ਤੂੰ ਸਤਿਗੁਰੂ ਫਿਰ ਉਹ ਜੋਗੀ ਨੂੰ ਸਿੱਖ ਸਜਾ ਸਿੱਖ ਬਣਾ ਕੇ ਕਿਧਰ ਨੂੰ ਗਿਆ ਤੁਹਾਡਾ ਸਵਾਲ ਇਹੀ ਸੀ ਜੀ ਜੀ ਉੱਥੋਂ ਸਤਗੁਰੂ ਜੀ ਦੇਖੋ ਸਤਗੁਰੂ ਨੇ ਇਕੱਠਾ ਦੇ ਬਹਿਣਾ ਤਾਂ ਹੈ ਨਹੀਂ ਸੀ ਹਾਂਜੀ ਸਤਗੁਰੂ ਦਾਪੂ ਇਹ ਮਾਲਬੇ ਨੂੰ ਸਿੱਖੀ ਦੇ ਕਲਾਵੇ ਚ ਦੇਣਾ ਚਾਹੁੰਦੇ ਸੀ ਔਰ ਦੇਣਾ ਵੀ ਕੁਝ ਦੇਣਾ ਚਾਹੁੰਦੇ ਸੀ ਸੋ ਨਾਂਗੇ ਕਿਸਰਾਉ ਤੋਂ ਸਤਗੁਰੂ ਉੱਠੇ ਤੁਰੇ ਜੰਗਲਾਂ ਦਾ ਬਣਾਂ ਦਾ ਟੇਡਾ ਮੇਡਾ ਡਾਂਡਾ ਮਿੰਡਾ ਰਸਤਾ ਜਿਹੜਾ ਸੀਗਾ ਸਤਗੁਰੂ ਨੇ ਜਾ ਕੇ ਆਪਣਾ ਪੜਾਉ ਨੌ ਥੇ ਪਿੰਡ ਵਿੱਚ ਕੀਤਾ ਠੀਕ ਪਿੰਡ ਦਾ ਨਾਂ ਨੁੱਥਿਆ ਐਵੇਂ ਨਹੀਂ ਸੀ ਪਿਆ ਇਸ ਪੰਡ ਪਿੰਡ ਦੇ ਆਲੇ ਦੁਆਲੇ 9 ਥੇਹ ਸੀ ਵੱਖਰੇ ਥੇ ਹੁੰਦਾ ਆ ਜੀ ਜੀ ਉਜੜਾ ਹਾ ਪਿੰਡ ਜਿਹੜਾ ਹਾ ਇਲਾਕਾ ਜਿਹੜਾ ਉਜੜਾ ਵੇ ਇਹਦਾ ਮਤਲਬ ਇਹ ਸੀ ਲੋਕੀ ਕਹਿੰਦੇ ਸੀ ਕਿ 9 ਵਾਰੀ ਇਹ ਪਿੰਡ ਵੱਖ-ਵੱਖ ਥਾਵਾਂ ਤੇ ਇਥੇ ਆਲੇ ਦੁਆਲੇ ਵਸਿਆ ਹਾਂਜੀ ਤੇ 9 ਵਾਰੀ ਉਜੜਿਆ ਤੇ ਹੁਣ ਇਹਨੂੰ ਨਥੇਹੇ ਦੇ ਨਾਮ ਦੇ ਥੱਲੇ ਇੱਥੇ ਵਸਾ ਦਿੱਤਾ ਗਿਆ ਤਾਂ ਕਿ ਪਿੰਡ ਵਸਦਾ ਰਹਿ ਸਕੇ ਆਲੇ ਦੁਆਲੇ ਨੋਂ ਥੇਹ ਸੀ ਹਾਂਜੀ ਤੇ ਇਹ 9 ਵਾਰੀ ਉਜੜਿਆ 9 ਵਾਲੀ ਵਸਿਆ ਵਸਿਆ ਪਰ ਜਿਹੜੇ ਲੋਕ ਉਜੜਦੇ ਵਸਦੇ ਰਹਿੰਦੇ ਹੁੰਦੇ ਉਹ ਥੋੜੇ ਨਰਮੋਹੇ ਜਾ ਹੋ ਜਾਂਦੇ ਆ ਜੀ ਤੇ ਇਸ ਪੜਦੇ ਜੀਮੇਦਾਰ ਸੀ ਨਾ ਜਿਹੜੇ ਜ਼ਮੀਨ ਦੇ ਮਾਲਕ ਸੀਗੇ ਉਹ ਵੀ ਥੋੜੇ ਜਿਆ ਨਰਮੋਹੇ ਸੁਭਾਅ ਦੇ ਸੀਗੇ ਹਾਂਜੀ ਨਰਮੋਹੇ ਸੁਭਾਅ ਦੇ ਇਦਾਂ ਕਿ ਨਾ ਤਾਂ ਉਹਨਾਂ ਸਤਿਗੁਰੂ ਨੂੰ ਜਦੋਂ ਸਤਿਗੁਰੂ ਪਹੁੰਚੇ ਨਾ ਤਾਂ ਸਤਿਗੁਰੂ ਦਾ ਵਿਰੋਧ ਕੀਤਾ ਠੀਕ ਹੈ ਬੇਮੁਖ ਨਹੀਂ ਹੋਏ ਹਾਂਜੀ ਤੇ ਨਾ ਸਵਾਗਤ ਕੀਤਾ ਨਾ ਹੀ ਬਹੁਤ ਜਿਆਦਾ ਸਵਾਗਤ ਕੀਤਾ ਹਾਂਜੀ ਜਿੰਨੇ ਨੂੰ ਲੋੜ ਉਹਨੇ ਕੋ ਗੱਲ ਕਰ ਲਈ ਨਾ ਸਤਿਗੁਰੂ ਨੂੰ ਕਿਹਾ ਵੀ ਤੁਸੀਂ ਜਾਓ ਤੇ ਨਾ ਸਤਿਗੁਰੂ ਨੂੰ ਰੁਕਣ ਲਈ ਕਿਹਾ ਵੀ ਇੱਥੇ ਰਾਤ ਰੁਕੋ ਵੀ ਤੁਸੀਂ ਇਦਾਂ ਜਿਹੀ ਕੋਈ ਗੱਲ ਨਹੀਂ ਕੀਤੀ ਦੋਨੇ ਗੱਲਾਂ ਰੱਖ ਲਈਆਂ ਕਿ ਸਤਿਗੁਰੂ ਆਏ ਆ ਤਾਂ ਜੀ ਆਇਆਂ ਨੂੰ ਪਰ ਜੇ ਸਤਿਗੁਰੂ ਕਿਤੇ ਇੱਥੇ ਜਾਂਦੇ ਆ ਤੇ ਚਲੇ ਜਾਣ ਕੋਈ ਸਮੱਸਿਆ ਨਹੀਂ ਤਾਂ ਕਿ ਸਾਡੀ ਹਕੂਮਤਾਂ ਦੇ ਨਾਲ ਵੀ ਬਣੀ ਰਹੇ ਜੀ ਇਹ ਦੋਨੇ ਬੰਦੇ ਦਾ ਦੋਨੇ ਤਰ੍ਹਾਂ ਰੱਖਣ ਵਾਲੀ ਗੱਲ ਹੋ ਗਈ ਦੋ ਬੀੜੀਆਂ ਦੇ ਸਵਾਰ ਰਹੇ ਜ਼ਿਮੀਂਦਾਰ ਇੱਥੋਂ ਦੇ ਉਹਨਾਂ ਦਾ ਨਾਂ ਹਰੀਕੇ ਗੋਤ ਵਾਲੇ ਕਿਹਾ ਗਿਆ ਆ ਹਰੀ ਗੋਤ ਵਾਲੇ ਕਿਹਾ ਗਿਆ ਆ ਇਹ ਨੁਥੇਹ ਪਿੰਡ ਵਾਲੇ ਜਿਹੜੇ ਜ਼ਿਮੀਂਦਾਰ ਸੀ ਪਰ ਜਿਹੜੇ ਉਹਨਾਂ ਦੇ ਡੋਗਰ ਸੀ ਨਾ ਹਾਂਜੀ ਡੋਗਰ ਹੁੰਦੇ ਆ ਜਿਹਨਾਂ ਨੇ ਮੱਝਾਂ ਦਾ ਖਿਆਲ ਰੱਖਣ ਵਾਲੇ ਸੀਗੇ ਹਾਂਜੀ ਜਿਹੜੀ ਉਹਨਾਂ ਨੇ ਜ਼ਮੀਨ ਵਾਹਦੇ ਸੀਗੇ ਜੀ ਜੀ ਜਿਹੜੇ ਉਹਨਾਂ ਦੇ ਨਾਲ ਮੁਜਾਰਿਆਂ ਤੌਰ ਤੇ ਕੰਮ ਕਰਦੇ ਸੀਗੇ ਉਹਨਾਂ ਦੀ ਆਮ ਤੌਰ ਤੇ ਵੱਡੀਆਂ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਬਹੁਤ ਵੱਡੀਆਂ-ਵੱਡੀਆਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਪਿੰਡਾਂ ਦੇ ਪਿੰਡੋ ਦੇ ਹੁੰਦੀ ਸੀ ਜ਼ਮੀਨਾਂ ਦੇ ਤੇ ਪਰ ਉਹਨਾਂ ਨੇ ਜ਼ਮੀਨਾਂ ਸੰਭ ਨੂੰ ਪੁਰਾਣੇ ਸਮੇਂ 'ਚ ਮੁਜ਼ਾਰੇ ਰੱਖੇ ਹੁੰਦੇ ਸੀ ਠੀਕ ਹੈ ਉਦੋਂ ਜ਼ਮੀਨ ਕਰਾ ਕੇ ਤੇ ਰਜਿਸਟਰੀ ਨਾ ਹੁੰਦੀ ਜਦੋਂ ਜ਼ਮੀਨ ਜਿਹੜਾ ਵਾੜਵੇ ਜੁੱਤੀ ਦੇ ਜ਼ੋਰ ਤੇ ਜਿਹਦੇ ਕੋਲ ਚਾਰ ਬੰਦੇ ਤਕੜੇ ਆ ਹਥਿਆਰ ਬੰਦੇ ਆ ਉਹਨੇ ਜ਼ਮੀਨ ਵਾੜ ਲੈਣੀ ਆ ਤੇ ਜੁੱਤੀ ਦੇ ਜ਼ੋਰ ਨਾਲ ਬਾਅਦ 'ਚ ਮੁਜ਼ਾਰਿਆਂ ਕੋਲੋਂ ਜ਼ਮੀਨ ਦੀ ਖੇਤੀ ਕਰਾਉਣੀ ਆ ਜਦੋਂ ਖੇਤੀ ਕਰਾਉਣੀ ਆ ਉਹਨਾਂ ਦੇ ਖਰਚੇ ਪਾਣੀ ਜੋਗਾ ਨਰਵਾਜ ਜੋਗਾ ਛੱਡ ਗਏ ਬਾਕੀ ਸਾਰੀ ਫਸਲ ਆਪ ਚੱਕ ਲੈਣੀ ਕਿ ਜ਼ਮੀਨ ਸਾਡੀ ਆ ਪਰ ਉਹਨਾਂ ਦਾ ਗੁਜ਼ਾਰਾ ਤੁਰਦਾ ਰਹੇ ਕੰਮ ਕਰਦੇ ਰਹਿਣ ਉਨੀ ਕੂ ਰੋਟੀ ਪਾਣੀ ਉਹਨਾਂ ਦੇ ਜਾਣਾ ਰੋਟੀ ਪਾਣੀ ਜੋਗਾ ਸੋ ਗੁਜ਼ਾਰ ਡੋਗਰ ਜਿਹੜੇ ਸੀ ਸਤਗੁਰੂਸ਼ਰਵਤ ਗੁਰੂ ਬਣ ਗਿਆ ਠੀਕ ਉਹਨਾਂ ਨੇ ਸਤਗੁਰੂ ਨੂੰ ਆਖਿਆ ਸਤਗੁਰੂ ਜੀ ਤੁਸੀਂ ਇਦਾਂ ਕਰੋ ਉਹ ਸਾਰੀਆਂ ਵਜ੍ਹਾ ਜੋਗ ਲਾ ਹਾਂਜੀ ਦੁੱਧ ਖੁੱਲਾ ਵਰਤਾਇਆ ਉਹਨਾਂ ਨੇ ਸਾਰੇ ਜੱਥੇ ਦੇ ਵਿੱਚ ਲਿਸ਼ਕਰਤੇ ਨਾਲ ਸਤਗੁਰੂ ਬੇਨਤੀ ਕੀਤੀ ਸਤਗੁਰੂ ਇੱਕ ਰਾਤ ਜਰੂਰ ਤੇ ਆਜੇ ਸਾਡੇ ਕੋਲ ਠੀਕ ਤੇ ਸਤਗੁਰੂ ਨੇ ਕਿਹਾ ਵੀ ਤੁਹਾਡੀ ਸ਼ਰਧਾ ਦੇਖ ਕੇ ਨਾ ਜੁਕ ਨੂੰ ਜੀ ਕਰਦਾ ਜੀ ਪਰ ਤੁਹਾਡੇ ਜ਼ਿਮੀਦਾਰਾਂ ਨੇ ਪਹਿਰੇ ਦੀ ਜ਼ਿੰਮੇਵਾਰੀ ਨਹੀਂ ਰਭਾਣੀ ਹਾਂਜੀ ਜਿੱਦਾਂ ਦਾ ਇਹ ਨਰਮ ਨਰਮ ਹਸਵਾ ਦੇਖ ਰਿਆ ਨਾ ਨੇ ਨਾ ਤਾਂ ਇਹ ਯਾਨੀ ਕਿ ਕੋਈ ਜ਼ਿੰਮੇਵਾਰੀ ਓਟ ਹੀ ਨਹੀਂ ਰਹੇ ਨਾ ਲੰਗਰ ਦੀ ਨਾ ਦੀਵਾਨ ਦੀ ਕੋਈ ਜ਼ਿੰਮੇਵਾਰੀ ਓਟ ਨਹੀਂ ਰਹੀ ਚਲੋ ਅਸੀਂ ਸੁਧਰ ਤੋ ਦੀਵਾਨ ਤਾਂ ਲਾਉਣਾ ਹੀ ਆ ਲਾਵਾਂਗੇ ਪਰ ਜ਼ਿੰਮੇਵਾਰੀ ਓਟ ਦੀ ਨਾ ਲੰਗਰ ਦੀ ਕਿਸੇ ਦਾ ਤਾਂ ਜ਼ਿੰਮੇਵਾਰੀ ਨਹੀਂ ਓਟ ਰਹਾ ਤੁਸੀਂ ਚਲੋ ਦੁੱਧ ਲੈ ਕੇ ਆਇਆ ਦੁੱਧ ਵਰਤਾਤਾ ਖੁੱਲਾ ਡੁੱਲਾ ਦੁੱਧ ਵਰਤਾ ਕੇ ਲੰਗਰ ਵੀ ਅਸੀਂ ਤਿਆਰ ਕਰਦੇ ਕੋਈ ਗੱਲ ਨਹੀਂ ਡੋਗਰ ਜਿਹੜੇ ਸੀ ਤੇ ਸਤਗੁਰ ਨਗਰ ਰੁਕ ਲੈਣੇ ਪਰ ਪਹਿਰੇ ਦੀ ਜ਼ਿੰਮੇਵਾਰੀ ਜ਼ਿਮੀਦਾਰਾਂ ਕੋਲ ਸਦਕੇਗਾ ਸੁਣਾ ਕੇਗਾ ਤੁਹਾਡੀ ਹਾਂਜੀ ਕਿਉਂਕਿ ਜਿਹੜੇ ਸਾਡੇ ਨਾਲ ਸਾਡੇ ਪਹਿਰੇਦਾਰ ਆ ਜਿਹੜੇ ਸਿੰਘ ਸਾਡੇ ਨਾਲ ਆਏ ਸਵੇਰ ਦੇ ਤੁਰੇ ਹੋਏ ਆ ਇੰਨਾ ਪੈਂਡਾ ਮਾਰ ਕੇ ਤੁਹਾਡੇ ਕੋਲ ਅਸੀਂ ਪਹੁੰਚੇ ਆ ਤੇ ਇਹਨਾਂ ਨੇ ਅਗਲਾ ਦਿਨ ਦਿੰਦਾ ਚੜਾ ਹੋਣਾ ਅੰਮ੍ਰਿਤ ਵੇਲੇ ਫੇਰ ਦਵਾਨ ਲਾ ਕੇ ਲੱਗਣਾ ਆ ਦਵਾਨ ਲਾਉਣ ਤੋਂ ਬਾਅਦ ਇਹਨਾਂ ਨੇ ਤੁਰ ਪਣਾ ਆ ਤੇ ਜਿਹੜਾ ਸਿਪਾਹੀ ਹੁੰਦਾ ਆ ਹਾਂਜੀ ਯੋਧਾ ਹੁੰਦਾ ਉਹ ਤੱਕ ਜੋਦਾ ਜਾਂਦੀ ਉਹਨੂੰ ਥਕਾਵਟ ਨਹੀਂ ਹੈਗੀ ਹਾਂਜੀ ਜਿਉ ਨੂੰ ਰਾਤ ਨੂੰ ਸੌਣ ਨੂੰ ਨਹੀਂ ਮਿਲਦਾ ਉਹ ਤੇ ਕੱਲ ਨੂੰ ਦੂਜੇ ਦਿਨ ਟੱਕਰ ਕਰਨ ਹੋ ਜਾਏ ਉਹਦੀ ਤੇ ਟੱਕਰ ਕਰੂਗਾ ਕਿਦਾਂ ਸੋ ਅਸੀਂ ਇਹਨਾਂ ਨੂੰ ਚਾਹੁੰਨੇ ਕਿ ਸਾਡੀ ਜਿਹੜੀ ਯੋਧੇ ਆ ਰਾਤ ਨੂੰ ਪੂਰੀ ਤਰ੍ਹਾਂ ਆਰਾਮ ਕਰ ਲੈਣ ਸੋ ਪਹਿਲੇ ਦੀ ਡਿਊਟੀ ਤੁਹਾਡੀ ਹੈ ਜ਼ਿੰਮੇਵਾਰ ਤੁਸੀ ਨੁਭਾਣੀ ਤੇ ਉਹਨਾਂ ਨੇ ਜਦੋਂ ਸਤ ਨੂੰ ਕਿਹਾ ਜੋਰ ਦੇ ਕੇ ਡਿਊਟੀ ਤੁਹਾਨੂੰ ਨੁਭਾਣੀ ਪੈਣੀ ਆ ਤੋ ਕਹਿੰਦੇ ਸਤਮੱਚ ਚ ਕਹਿਤਾ ਯਾਨੀ ਕਿ ਬੇਮੁਖ ਨਹੀਂ ਗਏ ਜੀ ਪਰ ਨਰਮੋਹੇ ਜਾਂਦੇ ਨੇ ਜ਼ਿੰਮੇਵਾਰੀ ਸਮਝਦੇ ਵੀ ਨਹੀਂ ਪਰ ਸਤਿਗੁਰੂ ਨੂੰ ਕਿਸੇ ਕੋਲੋਂ ਜਵਾਬ ਵੀ ਦੇ ਦੇਣ ਕਹਿੰਦੇ ਸੱਤ ਵਜੇ ਨਾਲ ਸੂ ਲੰਗਰ ਵੀ ਤਿਆਰ ਹੋਇਆ ਦਵਾਨ ਵੀ ਲੱਗਾ ਪਿੰਡ ਦੇ ਲੋਕੀ ਆਏ ਵੀ ਡੋਗਰ ਜਿਹੜੇ ਸੀ ਆਲੇ ਦੁਆਲੇ ਦੇ ਚੜ ਕੇ ਆਏ ਸਾਰੇ ਹਾਂਜੀ ਭੱਗਿਆ ਹੈਗਾ ਡੋਗਰ ਸਤਿਗੁਰੂ ਨੇ ਦੂਜੇ ਦਿਨ ਸਵੇਰੇ ਜਿਹੜਾ ਸੀ ਦਵਾਨ ਲਾਉਣ ਦੀ ਗੱਲ ਕੀਤੀ ਸਵੇਰੇ ਵੀ ਕਹਿੰਦੇ ਦਵਾਨ ਲਾਵਾਂਗੇ ਤੇ ਸਤਿਗੁਰੂ ਹੁਣ ਰਾਤ ਨੂੰ ਆਰਾਮ ਕਰ ਰਿਹਾ ਹਾਂਜੀ ਹੁਣ ਪਿੰਡਦਿਆਂ ਦੀ ਡਿਊਟੀ ਲਈ ਹੋਈ ਆ ਵੀ ਪਹਿਲਾਂ ਤੁਸੀਂ ਦੇਣਾ ਹੈ ਜੀ ਵੀਰ ਆਪਣੇ ਵੀ ਸਤਿਗੁਰੂ ਦੇ ਜਿਹੜੇ ਪਹਿਰੇਦਾਰ ਆ ਉਹ ਹੈ ਤਾਂ ਚਤਾਨਿਆਂ ਹਾਂਜੀ 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 ਉਹ ਮੁੂਲਕ ਹੈ ਹੀ ਸਿੱਖ ਤਿਆਰ ਬਰ ਤਿਆਰ ਆ ਪਰ ਸਤਿਗੁਰ ਨੇ ਕਹੇ ਤੁਸੀਂ ਆਰਾਮ ਕਰਨਾ ਤੁਸੀਂ ਸਾਡੀ ਜਵਾਬ ਨਹੀਂ ਜਵਾਜ ਦਾ ਰਾਤ ਨੂੰ ਦੇਣਾ ਹੈਗਾ ਸਤਿਗੁਰ ਆਪ ਵਿਚਤਨਿਆ ਸਤਿਗੁਰ ਤਾਂ ਜਾਗਤਾ ਹੈ ਤੇ ਉਹ ਵਾਲੀ ਗੱਲ ਆ ਸਦਾ 24 ਘੰਟੇ ਜਾਗਣ ਵਾਲੀ ਗੱਲ ਆ ਸਤਿਗੁਰ ਦੀ ਸੋ ਸਤਿਗੁਰ ਨੇ ਰਾਤ ਦਾ ਜਦੋਂ ਪਹਿਲਾ ਪੈਰ ਬੀਤਾ ਤੇ ਆਵਾਜ਼ ਦੇ ਕੇ ਪੁੱਛਿਆ ਕਿਉਂ ਭਈ ਪਹਿਰੇ ਤੇ ਕੌਣ ਆ ਹਾਂਜੀ ਜ਼ਿੰਮੇਵਾਰਾਂ ਚ ਕੌਣ ਆਇਆ ਹੋਇਆ ਜੀ ਤੇ ਉਹ ਸੰਮੂਹ ਤੇ ਫੱਤਾ ਜਿਹੜੇ ਡੂਗਰਾਂ ਦੇ ਆਗੂ ਸੀ ਦੋਨੇ ਇੱਕ ਸੰਮੂਹ ਤੇ ਇੱਕ ਫੱਤਾ ਹਾਂਜੀ ਉਹ ਦੋਨੇ ਸੀ ਜਿਹੜੇ ਪਹਿਰੇ ਤੇ ਸਤਿਗੁਰ ਦੇ ਨੇੜੇ ਸੀ ਨਾਲ ਆਪਣੇ ਡੂਗਰ ਹੋ ਰੱਖੇ ਹੋਏ ਸੀ ਦੂਰ ਦੂਰ ਕਰਕੇ ਥੋੜੇ ਪਰ ਉਹ ਨੇੜੇ ਸੀ ਦੋਨੇ ਜਣ ਤੇ ਸਮੂ ਤੇ ਫੱਤਾ ਕਹਿੰਦੇ ਸਤਗੁਰੂ ਜੀ ਅਸੀਂ ਹਾਜ਼ਰ ਆ ਮੈਂ ਸਮੂ ਤੇ ਮੇਰੇ ਨਾਲ ਫੱਤਾ ਜੀ ਅਸੀਂ ਦੋਨੇ ਹਾਜ਼ਰ ਆ ਪਰ ਜ਼ਿਮੀਦਾਰਾਂ ਚ ਕੋਈ ਨਹੀਂ ਆਇਆ ਠੀਕ ਪਹਿਰੇ ਕਬੀਤ ਗਿਆ ਹਾਂਜੀ ਦੂਜੇ ਪੈਰ ਫੇਰ ਸਤਗੁਰੂ ਨੇ ਆਵਾਜ਼ ਦੇ ਕੇ ਪੁੱਛਿਆ ਕਿਉਂ ਬਈ ਪਹਿਰੇ ਤੇ ਕੌਣ ਹੈ ਪਹਿਰੇ ਤੇ ਕੌਣ ਹੈ ਜ਼ਿਮੀਦਾਰਾਂ ਚ ਕੌਣ ਆਇਆ ਜੀ ਤੇ ਸਮੂ ਤੇ ਫੱਤੇ ਨੇ ਫੇਰ ਆਵਾਜ਼ ਦਿੱਤੀ ਕਹਿੰਦੇ ਸਤਗੁਰੂ ਜੀ ਸਮੂ ਤੇ ਫੱਤਾ ਤੁਹਾਡੇ ਪਹਿਰੇ ਚ ਹਾਜ਼ਰ ਆਂ ਜੀ ਪਰ ਜ਼ਿਮੀਦਾਰਾਂ ਚ ਕੋਈ ਨਹੀਂ ਆਇਆ ਸਤਗੁਰੂ ਜੀ ਕੋਈ ਸਤਗੁਰੂ ਫੇਰ ਤੀਜਾ ਪੈਰ ਫੇਰ ਬੀਤਿਆ ਜੀ ਤੇ ਤੀਜੇ ਪੈਰ ਬੀਤਿਆ ਸਤਗੁਰੂ ਫੇਰ ਕਹਿੰ ਪਰ ਇੱਥੇ ਕੌਣ ਆ? ਜਿੰਮੇਦਾਰਾਂ ਚ ਕੌਣ ਆ? ਤੇ ਸਮੂਹ ਤੇ ਫੱਤਾ ਫਿਰ ਹਾਜ਼ਰ ਆਉਂ ਕਹਿੰਦੇ ਅਸੀਂ ਹਾਜ਼ਰ ਆਂ ਜੀ। ਹਾਂਜੀ। ਪਰ ਜਿੰਮੇਦਾਰਾਂ ਤੋਂ ਕੀ ਲੈਣਾ? ਅਸੀਂ ਵੀ ਤਾਂ ਸਤਗੁਰੂ ਤੁਹਾਡੇ ਹੀ ਆ। ਜੀ ਜੀ। ਵੀ ਤੁਸੀਂ ਚਾਹੁੰਦੇ ਆ ਜਿੰਮੇਦਾਰਾਂ ਤੋਂ ਕੀ? ਉਹਨਾਂ ਤੁਸੀਂ ਤੁਸੀਂ ਸਾਨੂੰ ਸੇਵਾ ਦੱਸੋ। ਹਾਂਜੀ। ਤੁਸੀਂ ਦੋ ਵਾਰੀ ਅੱਗੇ ਪੁੱਛਿਆ, ਤੀਜੇ ਦੇ ਪਿੱਛੇ ਸੇਵਾ ਦੱਸੋ ਕਿਹੜੀ ਚੀਜ਼ ਨੂੰੜਾ ਸੀ। ਹਾਜ਼ਰ ਕਰਦੇ ਅਸੀਂ ਹਾਜ਼ਰ ਆਂ। ਜੀ। ਤੇ ਹੁਣ ਸਤਗੁਰੂ ਕਹਿੰਦੇ ਨਿਹਾਲ। ਹਾਂਜੀ। ਸਤਗੁਰੂ ਨਿਹਾਲ ਸ਼ਬਦ ਕਹਿ ਕੇ ਫਿਰ ਪੈ ਗਿਆ ਬਰਤ ਸਤਗੁਰੂ ਫਿਰ ਚੌਥਾ ਮੌਕਾ ਦਿੰਦੇ ਆ ਥੋੜੇ ਜਿਨ ਬਾਅਦ ਫਿਰ ਸਤੂ ਪੁੱਛਦੇ ਕਿਉਂ ਵੀ ਹੁਣ ਪਹਿਰੇ ਤੇ ਕੌਣ ਆ ਦੂਦ ਦਿੰਦਾ ਚਰਾਹ ਹੋਣ ਵਾਲੀ ਗੱਲ ਹੋ ਗਈ ਅਮਰਤ ਵੇਲਾ ਹੋਣ ਵਾਲੀ ਗੱਲ ਹੋ ਗਈ ਆ ਰਾਤ ਬੀਤਦੀ ਜਾ ਰਹੀ ਆ ਪਿਛਲ ਰਾਤ ਆ ਗਈ ਆ ਤੇ ਦੇਖੀ ਪਹਿਰੇ ਤੇ ਹੁਣ ਕੌਣ ਆ ਪਹਿਰੇ ਤੇ ਕੌਣ ਆ ਹਾਂਜੀ ਤੇ ਉਹ ਸਮੂਹ ਤੇ ਫੱਤਾ ਫੇਰ ਕੇ ਕਹਿੰਦੇ ਸਤੂ ਜੀ ਅਸੀਂ ਪਹਿਰੇ ਤੇ ਹਾਜ਼ਰ ਹਾਂ ਜੀ ਜੀ ਵੀ ਤਰ੍ਹਾਂ ਚ ਕੋਈ ਨਹੀਂ ਆ ਸਤਗੁਰੂ ਜੀ ਨੇ ਪੂਰੀ ਦਾਤ ਕੋਈ ਨਹੀਂ ਆ ਨਹੀਂ ਆਇਆ ਜੀ ਤੇ ਚਲੋ ਅਮਰਤ ਵੇਲੇ ਦਾ ਦਵਾਨ ਲੱਗਿਆ ਆ ਦਵਾਨ ਦੇ ਵਿੱਚ ਇਹਨਾਂ ਨੇ ਡੋਗਰਾ ਨੇ ਕਿਹਾ ਸਤਗੁਰੂ ਸਾਨੂੰ ਅ ਅਮਰਤ ਵਿਲੀ ਦੀ ਦਵਾਨ ਤੋਂ ਬਾਅਦ ਅਮਰਤ ਖੰਡੇ ਬਾਟ ਪੌਲ ਵੀ ਤਿਆਰ ਕਰਵਾਈ ਗਈ ਆ ਕੁਝ ਲੋਕਾਂ ਨੇ ਖੰਡੇ ਬਾਟ ਦੀ ਪੌਲ ਸ਼ਕੀ ਵੀ ਆ ਤੇ ਫਿਰ ਸਤਿਗੁਰੂ ਨੇ ਪ੍ਰੋਗਰਾਮ ਬਣਾ ਲਿਆ ਕਿ ਹੁਣ ਥੋੜਾ ਲੇਟ ਤਾਂ ਹੋਏ ਆ ਹਾਂਜੀ ਅਜਾਣ ਨਹੀਂ ਚਲੇ ਜਾਂਦੇ ਆ ਠੀਕ ਚਲੋ ਸ਼ਿਕਾਰ ਖੇਡਣ ਜਾਂਦੇ ਆ ਅੱਜ ਉਹਨੇ ਬਾਨਿਆ ਸਾਰਾ ਜੰਗਲ ਆ ਡੂਗਰਾਂ ਦਾ ਪਿਆਰ ਦੇਖ ਕੇ ਸਾਰੀ ਰਾਤ ਜਾਗ ਕੇ ਆ ਪੂਰੀ ਜ਼ਿੰਮੇਵਾਰੀ ਨਿਭਾਈ ਆ ਸੋ ਉਹਨਾਂ ਨੇ ਕਿਹਾ ਵੀ ਤੇ ਸਤਗੁਰੂ ਸ਼ਿਕਾਰ ਖੇਡਣ ਲਈ ਤੁਰ ਪਿਆ ਜੀ ਸ਼ਿਕਾਰ ਖੇਡਣ ਲਈ ਤੁਰ ਤੇ ਸੰਮੂ ਤੇ ਫੱਤੇ ਦੋਵਾਂ ਨੂੰ ਸਤਗੁਰੂ ਨੇ ਨਾਲ ਲੈਣ ਨਾਲ ਤੁਰਨ ਦੀ ਗੱਲ ਕੀਤੀ ਤੇ ਸੰਮੂ ਬੱਤੇ ਨੂੰ ਕਿਹਾ ਵੀ ਨਾਲ ਕੇ ਸਤਗੁਰੂ ਨੇ ਆਖਿਆ ਕਿ ਸੰਮੂ ਤੇ ਫੱਤਾ ਅਸੀਂ ਤੇਰੇ ਤੋਂ ਬਹੁਤ ਖੁਸ਼ ਹਮ ਜ਼ਿੰਮੇਦਾਰ ਨਹੀਂ ਆ ਪਰ ਤੁਸੀਂ ਸਾਰੀ ਰਾਤ ਪੂਰੀ ਤੰਦੀ ਨੇ ਪਹਿਰਾ ਦਿੱਤਾ ਹਾਂ ਜੀ ਉਹੀ ਲੰਗਰ ਦਾ ਪ੍ਰਬੰਧ ਵੀ ਦਾਤੀ ਕੀਤਾ ਸਵੇਰੇ ਵੀ ਕੀਤਾ ਬਾਅਦ ਗੁਰੂ ਕੇ ਵਾਲੇ ਵੀ ਬਣੇ ਆ ਦਾਤਾ ਗੁਰੂ ਤੋਂ ਮੰਗੀਆਂ ਗੁਰੂ ਦੀ ਅਮਰਦੀ ਦਾਤ ਮੰਗੀ ਇਸ ਤਰ੍ਹਾਂ ਬਹੁਤ ਖੁਸ਼ ਆ ਹਾਂਜੀ ਮੰਗ ਲਓ ਜੋ ਕੁਝ ਮੰਗਣਾ ਹਾਂਜੀ ਹਾਂਜੀ ਤੇ ਨਾਲ ਸ਼ਕਾਂਤ ਦੀ ਜਾਂਦੀ ਤਿਆਰੀ ਹੋ ਰਹੀ ਹੈ ਤੇ ਨਾਲ ਕਹਿੰਦੇ ਮੰਗ ਲਓ ਜੋ ਕੁਝ ਮੰਗਣਾ ਸੱਮੂ ਤੇ ਫੱਤਾ ਦੋਹਾਂ ਨੇ ਡੋਗਰਾਂ ਸਾਰਿਆਂ ਦੇ ਵੱਲੋਂ ਹੱਥ ਜੋੜ ਕੇ ਕਿਹਾ ਤੁਸੀਂ ਡੋਗਰ ਆ ਹਾਂਜੀ ਮਜ਼ਾਰੇ ਆ ਜੀ 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 ਜ਼ਮੀਨ ਵਾਹਦੇ ਆ ਸਾਰਾ ਸਾਲ ਮਿਹਨਤ ਕਰਦੇ ਆ ਫਸਲਾਂ ਬੀਜਦੇ ਵੀ ਅਸੀਂ ਆ ਫਸਲਾਂ ਇਹ ਇਹ ਜਿਹੜੀਆਂ ਉਹਨੂੰ ਬੋਂਦੇ ਵੀ ਗੋਡੀ ਕਰਦੇ ਸਾਰਾ ਕੁਝ ਉਹ ਗੋਂਦੇ ਵੀ ਆ ਸਾਰਾ ਕੁਝ ਜਦੋਂ ਫਸਲ ਤਿਆਰ ਹੋ ਜਾਂਦੀ ਆ ਬੋਰੀਆਂ ਜਿਕੇ ਪਾਈ ਦੀ ਆ ਫਸਲ ਜਮਾ ਕਰੀ ਦੀ ਆ ਤੇ ਜ਼ਿਮੀਂਦਾਰ ਆ ਜਾਂਦੇ ਆ ਤੇ ਬਹੁਤਾ ਹਿੱਸਾ ਚੱਕ ਕੇ ਲੈ ਜਾਂਦੇ ਆ ਪੰਜ ਹੀ 6 ਲੈ ਜਾਂਦੇ ਤੇ ਇੱਕ ਹਿੱਸਾ ਸਾਨੂੰ ਛੱਡ ਜਾਂਦੇ ਆ ਸਾਡੇ ਪਰਿਵਾਰਾਂ ਦੇ ਨਰਵਾਲੀ ਸਾਰਾ ਸਾਲ ਨਰਵਾ ਔਖਾ ਹੁੰਦਾ ਹਾਂਜੀ ਉਹਦੇ ਵਿੱਚੋਂ ਅਸੀਂ ਜਿਹੜੀ ਛੱਡ ਕੇ ਜਾਂਦੇ ਉਹਦੇ ਵਿੱਚ ਅਸੀਂ ਗਾਂ ਅਗਲੀ ਦੀ ਵੀ ਪਾਉਣਾ ਹੁੰਦਾ ਜੇ ਕੋਈ ਗਣੇਮਾਰ ਹੋ ਜਾ ਮੀਂਹ ਪੈ ਜਾ ਨਾ ਹੋਵੇ ਤੇ ਨਹੀਂ ਹੁੰਦੀ ਤੇ ਉਹ ਸਾਨੂੰ ਤਾਂ ਜ਼ਿਮੀਦਾਰਾਂ ਦਾ ਕੋਈ ਫਰਕ ਨਹੀਂ ਜੀ 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 ਸਾਡੀ ਰੋਟੀ ਪਾਣੀ ਮੁਸ਼ਕਲ ਹੋਵੇ ਤੇ ਪੀਲੂ ਤੇ ਡੇਲੇ ਖਾ ਕੇ ਗੁਜ਼ਾਰਾ ਕਰਨ ਵਾਲੇ ਹੈਗੇ ਆਂ ਵੀ ਮਿਹਨਤ ਬਹੁਤ ਕਰੀ ਦੀਆ ਜੀ ਪਰ ਗੁਜ਼ਾਰਾ ਸਾਡਾ ਜਿਹੜਾ ਆ ਵਧੀਆ ਨਹੀਂ ਜਾਂਦਾ ਸੋ ਸਤਿਗੁਰੂ ਜੀ ਕਿਰਪਾ ਕਰੋ ਹਾਂਜੀ ਸਾਨੂੰ ਕਿਤੇ ਸੁਤੰਤਰ ਜ਼ਮੀਨ ਮਿਲ ਜਾਏ ਜੀ ਜੀ ਜਾਨੀ ਤੁਸੀਂ ਮਜਾਰੇ ਨਾ ਰਹੀਏ ਹਾਂਜੀ ਸਾਨੂੰ ਵੀ ਕਿਤੇ ਜ਼ਿਮੀਦਾਰ ਬਣਾ ਦੋ ਕਿਰਪਾ ਕਰੋ ਸਾਨੂੰ ਕਿਤੇ ਸੁਤੰਤਰ ਜ਼ਮੀਨ ਮਿਲ ਜਾਏ ਜਿਹਦਾ ਸਾਨੂੰ ਇਦਾਂ ਪਾਲਾ ਠੇਕਾ ਨਾਂ ਦੇਣਾ ਪੈਂਦਾ ਉਹ ਜੀ ਜ਼ਮੀਨ ਦੀ ਜਿਹਦੇ ਮਾਲਕ ਤੁਸੀਂ ਆਪ ਹੋ ਜੀ ਜਿਹਦੇ ਮਾਲਕ ਤੁਸੀਂ ਆਪ ਹੋ ਜੀ ਸਾਡਾ ਗੁਜ਼ਾਰਾ ਸੋਣਾ ਹੋਊਗਾ ਮਿਹਨਤ ਅਸੀਂ ਸੋਣੀ ਕਰਦੇ ਹਾਂ ਹਾਂਜੀ ਸਾਨੂੰ ਖੇਤੀ ਕਰਨੀ ਆਉਂਦੀ ਆ ਮਿਹਨਤ ਵੀ ਬੀ ਬਹੁਤ ਕਰਦੇ ਆ ਪਰ ਸੁਤੰਤਰ ਜ਼ਮੀਨ ਸਾਨੂੰ ਕਿਤੇ ਸਤਗੁਰੂ ਜੀ ਮਿਲ ਜਾਣਾ ਕਿਤੇ ਤੇ ਫਿਰ ਬਖਸ਼ਿਸ਼ ਸਤਗੁਰੂ ਜੀ ਨੂੰ ਚਲੋ ਸ਼ਿਕਾਰ ਖੇਡਣ ਚੱਲਦੇ ਆ ਜੀ ਸ਼ਿਕਾਰ ਕਰ ਉਹ ਸਤਗੁਰੂ ਜੀ ਪੂਰੇ ਜੰਗਲ ਦੇ ਚਮਾਨ ਦੇ ਵਿੱਚ 9 ਮੀਲ ਤੱਕ ਚੱਕੇ ਲਗਾ ਠੀਕ ਸ਼ਿਕਾਰ ਖੇਡਦੇ ਕਰਦੇ ਹਾਂ 9 ਕੋਹ ਤੱਕ 9 ਵਜੇ ਤੱਕ ਸਤਗੁਰੂ ਲਿਖਾਇਆ ਕਿ ਤੇ ਫਿਰ ਉਥੇ 41 ਥੱਲੇ ਸਤਗੁਰੂ ਦੁਪਹਿਰਾ ਜਦੋਂ ਹੋਸ਼ ਕਰਨ ਦਾ ਪਹਰਾ ਹੋ ਗਿਆ ਹਾਂਜੀ ਤੇ 1 41 ਥੱਲੇ ਬੈਠ ਕੇ ਸਤਗੁਰੂ ਨੇ ਆਖਿਆ ਸਮੂ ਤੇ ਫੱਤਾ ਉਰੇ ਆਉ ਉਹਨਾਂ ਨੂੰ ਕੋਲ ਥੱਜ ਕੇ ਆਖਿਆ ਸਮੂ ਤੂੰ ਆਪਣੇ ਘੋੜੇ ਤੇ ਜੀ ਫੱਤੇ ਤੂੰ ਆਪਣੇ ਘੋੜੇ ਤੇ ਜੀ ਇੱਕ ਪਾਸੇ ਸੱਜੇ ਬੰਨੇ ਦੂਦੇ ਖੱਬੇ ਬੰਨੇ ਤੂੰ ਹਾਂਜੀ ਦੋਨੇ ਬੰਨੇ ਜਿੰਨੀ ਜਿੰਨੀ ਜ਼ਮੀਨ ਚਾਹੀਦੀ ਉਦਾਂ ਘੋੜਾ ਘਮਾ ਲਾ ਠੀਕ ਇਹ ਜ਼ਮੀਨ ਤਾਂ ਨਹੀਂ ਹੋਈ ਠੀਕ ਜਿੰਨੀ ਬਾ ਜਿੰਨੀ ਜ਼ਮੀਨ ਘੋੜਾ ਵੜ ਲਓਗੇ ਅੱਜ ਹਾਂਜੀ ਤੇ 19 ਜਮੀਨ ਤਾਂ ਜਿੰਨੀ ਵਾਹ ਸਕਦੇ ਆ ਜਿੰਨੀ ਜਮੀਨ ਨੂੰ ਬੌਂਡ ਜੋਗੀ ਬਣਾ ਸਕਦੇ ਉਸ ਮੰਦ ਦੇ ਵਿੱਚੋਂ ਜੰਗਲ ਦੇ ਵਿੱਚੋਂ ਤੁਸੀਂ ਆਪੋ ਆਪਣੀ ਸਰਬੱਥਾ ਦੇ ਮਤਾਬਕ ਤੁਸੀਂ 19 ਜਮੀਨਾਂ 'ਚ ਕੀਰਨਾ ਤੂੰ ਵੀ ਕੀਰਲਾ ਤੇ ਤੂੰ ਵੀ ਕੀਰਲਾ ਦੋਨੇ ਬਨੇ ਦੋਨੇ ਘੂੜਿਆ ਤੇ ਗਏ ਤੇ ਦੋਹਾਂ ਨੇ ਇੱਕ ਇੱਕ ਪਿੰਡ ਵਸਾਉਣ ਜੋਗੀ ਜ਼ਮੀਨ ਕੀਰਨੇ ਠੀਕ ਉੱਥੇ ਬਾਅਦ ਵਿੱਚ ਪਿੰਡ ਵਸੇ ਉਹਨੂੰ ਕਹਿੰਦੇ ਆ ਪਿੰਡਾਂ ਦੇ ਨਾਂ ਆ ਸਮੂਕੀਆਂ ਤਾਲੀਆਂ ਹਾਂਜੀ ਫੱਤੀਕੀਆਂ ਤਾਲੀਆਂ ਜਾਂ ਜੋੜ ਕੇ ਕਹਿੰਦੇ ਸਮੂਪੱਤੀਕੀਆਂ ਤਾਲੀਆਂ ਤਾਲੀਆਂ ਠੀਕ ਹੈ ਤੁਹਾਨੂੰ ਨਵਾਂ ਸੀ ਉੱਥੇ 43 ਦੇ ਥੱਲੇ ਬੈਠ ਕੇ ਸਤੂਰ ਨੇ ਬਫੀ ਕੀਤੀ ਉਸ ਤੇ ਗੁਰਦਾਤਾ ਲਾਲੀਆਂ ਨਾ ਆਬਿਆ ਔਰ ਸਮੂਹਗੇ ਡਾਲੀਆਂ ਫਰਤੀਕ ਟਾਲੀਆਂ ਪਿੰਡ ਵਸੇ ਸਤੂਰ ਨੇ ਜ਼ਮੀਨਾਂ ਦੇ ਮਾਲਕ ਬਣਾਤੇ ਹੁਣ ਜਿਹੜੇ ਉਸ ਇਲਾਕੇ ਦੇ ਵੱਡੇ ਚੌਧਰੀ ਸੀ ਜਿਹੜੇ ਇਲਾਕੇ ਦੇ ਮਾਲਕ ਜੀ ਆਪਣੇ ਆਪ ਨੂੰ ਕਹਾਉਂਦੇ ਉਹਨਾਂ ਨੂੰ ਪਤਾ ਤਾਂ ਲੱਗ ਪਤਾ ਤਾਂ ਲੱਗਣਾ ਸੀ ਕੋਈ ਸ਼ੱਕ ਨਹੀਂ ਲੱਗਣਾ ਸੀ ਲਾਣਾ ਜੀ ਜੀ ਪਰ ਉਹਨਾਂ ਦਿਨਾਂ 'ਚ ਜ਼ਮੀਨਾਂ ਇਦਾਂ ਬੇਵਾਦ ਪਈਆਂ ਹੁੰਦੀਆਂ ਸੀ ਉਹ ਤਾਂ ਬਹੁਤ ਪੁਰਾਣੀ ਗੱਲ ਆ ਹਾਂਜੀ ਗੋਰੀਆਂ ਦੇ ਵੇਲੇ 'ਚ ਅੱਜ ਜਿਹੜੀ ਮਿੰਡਗੁਮਰੀ ਵਾਲੀ ਵਾਰ ਵਸੀ ਆ ਜਿਹੜੀ ਲੈਲਪੁਰ ਵਾਲੀ ਸੰਦਰ ਦੀ ਸੰਦਲਕੀ ਵਾਰ ਵਸੀ ਆ ਜਿਹੜੀ ਗੰਜੀ ਵਾਰ ਵਸੀ ਆ ਜਿਹੜੀ ਨੀਲੀ ਵਾਰ ਵਸੀ ਆ ਇਹ ਜ਼ਮੀਨਾਂ ਜੰਗਲ ਬੇਆਵਾਦ ਪੈ ਸਗੇ ਹਾਂਜੀ ਗੋਰਿਆਂ ਨੇ ਨਹਿਰਾਂ ਕੱਢ ਕੇ ਹਾਂਜੀ ਹਾਂਜੀ ਕਿ ਦੇਸ਼ ਚ ਅੰਨ ਦੀ ਕਿਲਤ ਨਾ ਰਹੇ ਕਪਾਹ ਪੈਦਾ ਕਰਨੀ ਆ ਕਪੜਾ ਪੈਦਾ ਹੋਵੇ ਉਹਨਾਂ ਨੇ ਇਹ ਜ਼ਮੀਨਾਂ ਆਬਾਦ ਕਰਾਈਆਂ ਤੇ ਸਾਡੇ ਇਧਰ ਦੁਆਬੇ ਵਾਲੇ ਪਿੰਡਾਂ ਚੋਂ ਲੋਕਾਂ ਨੇ ਉੱਠ ਕੇ ਜਾ ਕੇ ਦੁਆਬੇ ਤੇ ਮਾਝਾ ਵਾਲੇ ਪਿੰਡਾਂ ਦੇ ਲੋਕਾਂ ਨੇ ਉੱਠ ਕੇ ਜਾ ਕੇ ਉਧਰਲੇ ਬੰਨੇ ਕਿਸੇ ਨੇ ਗੰਜੀ ਬਾੜ ਵਸਾਈ ਕਿਸੇ ਨੇ ਨੀਲੀ ਬਾੜ ਵਸਾਈ ਕਿਸੇ ਨੇ ਸੰਦਲਕੀ ਬਾੜ ਵਸਾਈ ਇਹ 12 ਵਸਾਈਆਂ ਉਧਰ ਦੇ ਬੰਨੇ ਜਾ ਕੇ ਜ਼ਮੀਨਾਂ ਵਿਲੇ ਪਈਆਂ ਸੀ ਜਿੰਨੀ ਜਿੰਨੀ ਕਿਸੇ ਨੇ ਜ਼ਮੀਨ ਵਾਲੀ ਉਹਨੀਆਂ-ਉਨੀਆਂ ਜ਼ਮੀਨ ਦਾ ਪਟਾ ਉਹਦੇ ਨਾਂ ਤੇ ਲਿਖਿਆ ਗਿਆ ਬਾਅਦ ਚ ਰਜਿਸਟਰੀ ਬਣ ਗਈ ਪਹਿਲਾਂ ਪੱਟੇ ਹੁੰਦੇ ਬਾਅਦ ਚ ਰਜਿਸਟਰੀਆਂ ਬਣ ਗਈਆਂ ਤੇ ਸਤਿਗੁਰੂ ਨੇ ਜਦੋਂ ਕਿਹਾ ਵੀ ਵਿਹਲੇ ਪਏ ਹੁੰਦੇ ਜੰਗਲ ਪਰਾਲੇ ਵਾਲੇ ਚੌਧਰੀ ਸੋਨਾਂ ਦਾ ਦਬਦਬਾ ਬਹੁਤ ਹੁੰਦਾ ਸੀ ਉਹ ਕਿਸੇ ਆਮ ਬੰਦੇ ਨੂੰ ਤਾਂ ਜਮੀਨ ਨੱਪਣੀ ਸੀ ਦਿੰਦੇ ਹੁੰਦੇ ਵੀ ਨੱਪਾਂਗੇ ਤੇ ਅਸੀਂ ਨੱਪਾਂਗੇ ਹਾਂਜੀ ਉਹਨਾਂ ਨੇ ਸ਼ਿਕਾਰ ਖੇਡਣੀ ਖੁੱਲ੍ਹੇ ਸ਼ਿਕਾਰਗਾਹਾਂ ਛੱਡੀਆਂ ਹੁੰਦੀਆਂ ਸੀ ਕਿ ਸਾਡੇ ਲਈ ਸ਼ਿਕਾਰਗਾਹਾਂ ਆ ਜਿੰਨੀ ਜਮੀਨ ਵਹਾ ਲੈਂਦੇ ਹੁੰਦੇ ਸੀ ਜਿਹਨਾਂ ਦੇ ਬੰਦੇ ਉਹਨਾਂ ਕੋਲ ਮਜਾਰੇ ਹੁੰਦੇ ਸੀ ਉਹਨਾਂ ਦੀ ਜਮੀਨ ਦਾ ਉਹਨਾਂ ਨੇ ਵੱਡੇ ਵੱਡੇ ਜਿਨ੍ਹਾਂ ਕੋਲ ਤਦਵਾਰਾਂ ਦੇ ਜ਼ੁਹਰ ਹੁੰਦਾ ਸੀ ਉਹ ਆਪਣੇ ਆਪ ਨੂੰ ਇਲਾਕੇ ਦੇ ਮਾਲਕ ਸਮਝਦੇ ਚੌਧਰੀ ਸਮਝਦੇ ਹੁੰਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਫੱਤੂ ਤੇ ਸਮਾਂ ਡੋਗਰ ਜ ਪਰ ਉਹਨਾਂ ਨੇ ਜ਼ਿੰਮੇਦਾਰਾਂ ਨੂੰ ਦੇਖਾ ਤਾਂ ਹੈਗਾ ਹਾਂਜੀ ਪਰ ਉਹਨਾਂ ਕਿਹਾ ਵੀ ਇਹ ਸਤਗੁਰੂ ਦੇ ਨਾਲ ਆਏ ਇਹ ਸਤਗੁਰੂ ਦੇ ਬੰਦੇ ਆ ਸਤਗੁਰੂ ਇਹਨਾਂ ਦੀ ਬਖਸ਼ਿਸ਼ ਉੱਤੇ ਆ ਸਤਗੁਰੂ ਇਹਨਾਂ ਦੀ ਮਿਹਰ ਦੇ ਉੱਤੇ ਆ ਸਤਗੁਰੂ ਕੋਲ ਐਸ ਵੇਲੇ ਸੈਂਕੜੇ ਨਹੀਂ ਹਜ਼ਾਰਾਂ ਘੋੜਸਵਾਰ ਆ ਜੀ ਜੀ ਕੋਈ ਜ਼ਿੰਮੇਦਾਰ ਮੁਕਾਬਲਾ ਕਰਨ ਜੀਓਗਾ ਹੈ ਹੀ ਨਹੀਂ ਸਤਗੁਰੂ ਦਾ ਮੁਕਾਬਲਾ ਮੂਲ ਸਰਕਾਰ ਨਹੀਂ ਕਰਦੀ ਹਾਂਜੀ ਤੇ ਉਹਨਾਂ ਨੇ ਸਤਗੁਰੂ ਦੇ ਬੰਦੇ ਜਾਣ ਕੇ ਸਤਗੁਰੂ ਦੀ ਬਖਸ਼ਿਸ਼ ਜਾਣ ਕੇ ਵੀ ਸਤਗੁਰੂ ਦਾ ਹੁਕਮ ਜਾਣ ਕੇ ਉਹਨਾਂ ਨੂੰ ਪਿੰਡ ਬਸਾਉਂ ਦਿੱਤਾ ਠੀਕ ਠੀਕ ਉਹ ਲੋਕ ਜਿਹੜੇ ਡੋਗਰ ਸਨ ਉਹ ਲੋਕ ਜਿਹੜੇ ਮਜ਼ਾਰੇ ਸਨ ਉਹ ਲੋਕ ਜਿਹੜੇ ਭੌਣੀਆਂ ਤੇ ਲੈ ਕੇ ਜਾ ਇਦਾਂ ਕਰ ਲੋ ਵੀ ਠੇਕਿਆਂ ਤੇ ਲੈ ਕੇ ਇੱਕ ਤਾਂ ਜਮੀਨ ਵਾਉਂਦੇ ਸਨ ਤੇ ਜ਼ਮੀਨ ਦਾ ਬਹੁਤਾ ਹਿੱਸਾ ਜਿਹੜਾ ਨਿਕਲ ਜਾਂਦਾ ਸੀ ਉਹਨਾਂ ਦਾ ਸਤਗੁਰੂ ਦੀ ਸੇਵਾ ਕੀਤੀ ਤੇ ਸਤਗੁਰੂ ਨੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਪਿੰਡਾਂ ਦੇ ਪਿੰਡ ਬਸਾਉਣ ਵਾਲੇ ਬਣਾਤਾ ਇਹ ਆ ਸਤਗੁਰੂ ਜੀ ਰਹਿਮਤ ਸਤਗੁਰੂ ਦੀ ਬਖਸ਼ਿਸ਼ ਆ ਸੋ ਉੱਥੇ ਦੋ ਪਿੰਡ ਵਸੇ ਆ ਉਹਨਾਂ ਨੇ ਮੋੜੀਆਂ ਗੱਡ ਕੇ ਪਿੰਡ ਬਸਾ ਦਿੱਤੇ ਆ ਤੇ ਪਿੰਡ ਤੂ ਦੀਆਂ ਤਾਲੀਆਂ ਤੇ ਸਮੇਕ੍ਰੇਟਾਂ ਲਈ ਫੱਤੂ ਸਮੇ ਦੀਆਂ ਤਾਲੀਆਂ ਕਰਕੇ ਬਹੁਤ ਪ੍ਰਸਿੱਧ ਗਿਆ ਸਤਿਗੁਰੂ ਨੇ ਉਹਨਾਂ ਦੇ ਪਿੰਡ ਵਸਾ ਕੇ ਜਦੋਂ ਪਿੰਡ ਵਸਾਤ ਤੇ ਉਹਨਾਂ ਦੇ ਸਤਿਗੁਰੂ ਨੇ ਉੱਥੇ ਬੈਠ ਕੇ ਉੱਥੇ ਟਾਲੀ ਦੇ ਥੱਲੇ ਬੈਠ ਕੇ ਸਤਿਗੁਰੂ ਨੇ ਇੱਕ ਦਿਨ ਫਿਰ ਦੀਵਾਨ ਲਾਇਆ ਹਾਂਜੀ ਦੀਵਾਨ ਲਾਇਆ ਤੇ ਡੂਗਰ ਜਿਹੜੇ ਸਾਰੇ ਇਲਾਕੇ ਦੇ ਇਕੱਠੇ ਹੋ ਗਏ دوسری ਸਾਈਡ ਤੇ ਰਹਿਮਤ ਕੀਤੀ ਸਾਨੂੰ ਤੁਸੀਂ ਉਸਤੰਤਰ ਜ਼ਮੀਨ ਦੀ ਮੰਗ ਕੀਤੀ ਸੀ ਸਾਨੂੰ ਦੇ ਦਿੱਤੀ ਆ ਤੁਸੀਂ ਬਖਸ਼ੀਆਂ ਕੀਤੀਆਂ ਤੁਹਾਡੇ ਕਰਕੇ ਸਾਨੂੰ ਮਿਲੀ ਨਹੀਂ ਤੇ ਸਾਨੂੰ ਕਿੱਥੇ ਜੀਵਿਧਰਾਂ ਦੇ ਵਾਹਨ ਦੇ ਨਹੀਂ ਸੀ ਜੀ ਜੀ ਤੁਹਾਡੇ ਕਰਕੇ ਮਿਲ ਗਈ ਹੈਗੀ ਆ ਤੇ ਸਤਿਗੁਰੂ ਨੇ ਕਿਹਾ ਹੁਣ ਜ਼ਮੀਨ ਦੀ ਰਾਖੀ ਤੁਸੀਂ ਆ ਜ਼ਮੀਨ ਉਹਦੀ ਜਿਹੜਾ ਜਿਹੜਾ ਵਾਲੇ ਕਰ ਸਕਦਾ ਜੀ ਜੀ ਇਸ ਸਤਗੁਰੂ ਦਾ ਵਰਦਾਨ ਆ ਔਰ ਬੰਦਾ ਬਾਦ ਦੇ ਬਾਦ ਸਤਗੁਰੂ ਦੇ ਵਰਦਾਨ ਨਾਲ ਜੁੜ ਕੇ ਕਹਿਆ ਸੀਗਾ ਜ਼ਮੀਨ ਜਿਹੜੀ ਭਗਵਾਨ ਦੀ ਮਿਹਨਤ ਕਿਸਾਨ ਦੀ ਤੇ ਅਨਾਜ ਸਾਰੇ ਦੇਸ਼ ਦਾ ਜੀ ਜ਼ਮੀਨਦਾਰ ਵਿੱਚ ਕਿੱਥੋਂ ਆ ਗਿਆ ਹਾਂਜੀ ਉਹ ਤੇ ਮਾਲਕ ਕਿੱਥੇ ਆ ਗਿਆ ਚੌਧਰੀ ਕਿੱਥੋਂ ਆ ਗਿਆ ਜ਼ਮੀਨ ਪਰਮਾਤਮਾ ਦੀ ਆ ਉਹ ਹੀ ਮਾਲਕ ਸਾਰਿਆਂ ਦਾ ਚੌਧਰੀ ਮਾਲਕ ਨਹੀਂ ਹੈਗਾ ਜ਼ਮੀਂਦਾਰ ਮਾਲਕ ਨਹੀਂ ਹੈਗਾ ਜ਼ਮੀਨ ਭਗਵਾਨ ਦੀ ਮਿਹਨਤ ਕਿਸਾਨ ਦੀ ਤੇ ਅਨਾਜ ਸਾਰੇ ਦੇਸ਼ ਦਾ ਸਾਰੀ ਦੁਨੀਆ ਲਈ ਹੁੰਦਾ ਹੈ ਆਪੋ ਆਪਣਾ ਮੁੱਲ ਦੇ ਉਹ ਅਨਾਜ ਦਾ ਜੋ ਸਤਗੁਰੂ ਨੇ ਵੀ ਉਹ ਜਿਹੜੀ ਸ਼ਬਦ ਕਹੇ ਸੀ ਇਹ ਬੰਦੇ ਬਾਦ ਨਿਬਾਜ ਖਾਲਸਾ ਰਾਜ ਬਣਾ ਕੇ ਸੀਗੇ ਤੇ ਮੁਜ਼ਾਰੇ ਜ਼ਮੀਂਦਾਰ ਮੁਜ਼ਾਰੇ ਜੱਟ ਜਿਹੜੇ ਸੀਗੇ ਇਹ ਉਦੋਂ ਲੈ ਕੇ ਜ਼ਮੀਨਾਂ ਦੇ ਮਾਲਕ ਬਣੇ ਤੇ ਚੌਧਰੀ ਠਾਕਰੀ ਆਮ ਤੌਰ ਤੇ ਜ਼ਮੀਨਾਂ ਦੇ ਮਾਲਕ ਹੋਇਆ ਕਰਦੇ ਸੀ ਸੋ ਇਹ ਡੋਗਰ ਜਿਹੜੇ ਸੀ ਜ਼ਮੀਨਾਂ ਦੇ ਮਾਲਕ ਸਤਗੁਰੂ ਨੇ ਬਣਾਤੇ ਤੇ ਇਹ ਇਸ ਖੁਸ਼ੀ ਦੇ ਵਿੱਚ ਨਾ ਫਿਰ ਇੱਕ ਬਹੁਤ ਵਧੀਆ ਘੋੜਾ ਲੈ ਕੇ ਆਇਆ ਸਤਗੁਰੂ ਡੋਗਰ ਡੋਗਰ ਜਿਹੜੇ ਸੀ ਠੀਕ ਹੈ ਸਤਗੁਰੂ ਦਰਸ਼ਨਪੀਟ ਵਾਲੀ ਘੋੜਾ ਲੈ ਕੇ ਆਏ ਕੁਛ ਹਥਿਆਰ ਲੈ ਕੇ ਆਏ ਤੇ ਨਾਲ ਨਾਲ ਕਿਉਂਕਿ ਹੱਥਾਂ ਦੇ ਘਰਾਂ ਦੇ ਬੁਣੇ ਹੋਏ ਕੱਪੜੇ ਪਾਉਂਦੇ ਹੁੰਦੇ ਸੀਗੇ ਘਰਾਂ ਦੀ ਬੁਣੀ ਹੋਈ ਲੁੰਗੀ ਲੈ ਕੇ ਆਏ ਲੁੰਗੀਆਂ ਜੀ ਜੀ ਨਾਲ ਖੇਸ ਘਰਾਂ ਦੇ ਬਣੇ ਹੋਏ ਸੀ ਜਿਹੜੇ ਆਪ ਉਹਨਾਂ ਬਣਾਇਆ ਸੀ ਮਿਹਨਤੀ ਲੋਕ ਸੀਗੇ ਖੇਸ ਲੈ ਕੇ ਆਏ ਤੇ ਸਤਗੁਰੂ ਜੀ ਨੇ ਉਹ ਲੁੰਗੀ ਇੱਕ ਤਹਿਮਤ ਆਪਣੇ ਲੱਕ ਦੇ ਦੁਵਾਲੇ ਬਨ ਲਈ ਜੀ ਦੀ 라ਖੇ ਸੁੱਤੇ ਲਿਆ ਆਮ ਤੌਰ ਤੇ ਦਸਤਾਰੇ ਦੇ ਉੱਤੇ ਖੇਸ ਲੈਣ ਦੀ ਨਹੀਂ ਸਿੱਖਾਂ ਦੇ ਵਿੱਚ ਰਵਾਜ ਨਹੀਂ ਹੈਗਾ ਔਰ ਤਰਖਾਈਆ ਸਮਝਿਆ ਜਾਂਦਾ ਦਸਤਾਰ ਦੇ ਉੱਤੋਂ ਖੇਸ ਲੈ ਲਿਆ ਜਾਵੇ ਜਾਂ ਬੁੱਕਲ ਮਾਰ ਲਵੇ ਇਦਾਂ ਉੱਤੋਂ ਦੀ ਇਦਾਂ ਦੀ ਗੱਲ ਨਹੀਂ ਲੱਕ ਦੇ ਦਵਾਲੇ ਤੁੰ ਡੂੰਗੀ ਬਣਨ ਦਾ ਵੀ ਰਵਾਜ ਸਿੱਖਾਂ ਚ ਨਹੀਂ ਕਿਛਾਰੇ ਨਾ ਕੇ ਉਹਦੇ ਨਾਲ ਲੜਾਈ ਵੀ ਕੀਤੀ ਆ ਅਸੀਂ ਜੰਗਲਾ ਪਹਿਰਾਵਾ ਨਹੀਂ ਹੈਗਾ ਤੇ ਭਾਈ ਮਾਨ ਸਿੰਘ ਨੇ ਕੋਲ ਸਤਗੁਰੂ ਜੀ ਤੇ ਜੀ ਤਰਖਾਈਆ ਵਾਲਾ ਭੇਸ ਬਣਾ ਲਿਆ ਜੀ ਜੀ ਜਦੋਂ ਤੈਮਤ ਉਹਦੀ ਜੀ ਫੜ ਲਈ ਆ ਲੱਕ ਦੇ ਦਵਾਲੇ ਖੇਸ ਉੱਤੇ ਬੁੱਕਲ ਮਾਰ ਲਈ ਤੇ ਭਾਈ ਮਾਨ ਸਿੰਘ ਨੇ ਆਖਿਆ ਗੁਰਵੇ ਜੀ ਸਤਗੁਰੂ ਜੀ ਤੁਸੀਂ ਤਾਂ ਤਰਖਾਈਆ ਵਾਲਾ ਰੂਪ ਤੇ ਸਤਗੁਰੂ ਕਹਿੰਦੇ ਜੈਸਾ ਦੇਸ਼ ਤੈਸਾ ਭੇਸ ਤੇੜ ਲੂੰਗੀ ਮੋਢੇ ਕੀ ਬਿਲਕੁਲ ਬਿਲਕੁਲ ਸਮਾਹ ਹੋ ਗਿਆ ਅਗਲੀ ਵਾਰ ਵਿਆਖਿਆ ਕਰਾਂਗੇ ਜਰੂਰ ਜਰੂਰ ਅਗਲੀ ਅਗਲੀ ਕਰਾਂਗੇ ਚੱਲਦਾ ਜਊਗਾ ਹਾਂਜੀ ਹਾਂਜੀ ਜੈਸਾ ਦੇਸ਼ ਤੈਸਾ ਭੇਸ ਤੇੜ ਲੂੰਗੀ ਮੋਢੇ ਕੀ ਸਤਗੁਰੂ ਨੇ ਇਹ ਗੱਲ ਕਹੀ ਤੇ ਆਪਾਂ ਇਹਦੀ ਵਿਆਖਿਆ ਜੇਦੀ ਗਾਂ ਜਾ ਕੇ ਅਰੇ ਵਿੱਚ ਕਰਦੇ ਆ ਸਮਾ ਹੋ ਗਿਆ ਵੀਰ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੱਸਿਆ ਕਿ ਦੇਖੋ ਜੀ ਜਿਹੜਾ ਸੇਵਾ ਕਰੂਗਾ ਜਿਹੜਾ ਜਿਹੜਾ ਚੰਗੇ ਕੰਮ ਕਰੂਗਾ ਜੇ ਚੜ੍ਹਦੀ ਕਲਾ ਉਹਦੀ ਹਣੀ ਜੀਮੀਦਾਰ ਆਕੜ ਵਿੱਚ ਰਹਿਗੇ ਤੇ ਡੋਗਰ ਨਹੀਂ ਦੇ ਸਤਗੁਰਜੀਤ ਕੋਲੋਂ ਬਖਸ਼ੀਸ਼ਾਂ ਲੈ ਲਈਆਂ ਪ੍ਰੋਗਰਾਮ ਕਰਦੇ ਅਗਰ ਸਾਡ ਕੋਈ ਗਲਤੀ ਹੋ ਗਈ ਹੋ ਦੋਵਿਆਂ ਤੇ ਜੋੜ ਕੇ ਸੀ ਤੁਹਾਡੋਂ ਮਾਫੀ ਮੰਗਦੇ ਆ ਅਗਲੇ એપisode ਵਿੱਚ ਆਪ ਜੀ ਨਾਲ ਫੇਰ ਮੁਲਾਕਾਤ ਹੋਵੇਗੀ ਕਿਉਂਕਿ ਬਹੁਤ ਛੋਟੀਆਂ-ਛੋਟੀਆਂ ਘਟਨਾਵਾਂ ਜਿਹੜੀਆਂ ਘਟ ਰਹੀਆਂ ਉਸ ਸਮੇਂ ਦੇ ਵਿੱਚ ਉਹਦੇ ਵਿੱਚੋਂ ਜ਼ਿੰਦਗੀ ਨੂੰ ਸਿੱਧਾ ਮਿਲ ਰਹੀ ਹੈ ਕਿਉਂਕਿ ਸਤਿਗੁਰੂ ਜਾਣਦੇ ਨੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆਉਣ ਵਾਲਾ ਹੈ ਪ੍ਰੋਗਰਾਮ ਕਰਦਿਆਂ ਹੋਈਆਂ ਗਲਤੀਆਂ ਦੀ ਮਾਫੀ ਇੱਥੇ ਫਤਿ ਬਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸ਼ਿਵਾ ਪਰ ਮੋਹੇ ਹੈ ਸੁਪ ਕਰ ਮੰਤੇ ਕਭੂ ਨਾ ਡਰੂ ਨਦਰੂਆਂ ਸੋਚਵਾਂ ਚਾਹ ਲੜੂ ਜਿਸ ਚੇਹਰ ਆਪਣੀ ਛੀਟ ਕਰਾ